जस टीवी देख रहे हो तुसीं, मैं के पी सिंह टू द पॉइंट में तुहाडा स्वागत करदा। देश दे अर्थचारे विच किसानी दी बहुत वड्डी भूमिका, खेतीबाड़ी दी बहुत वड्डी भूमिका। तो इस भूमिका दे विचाले जो किसानों बारे कोई भी फैसला किया जाता तो उस ते चर्चा होंदी है, बहस होंदी है। तो हालांकि इस बहस दे विचाले कई तत्थ इहो जिहे छुपाए जाते हैं, लुकोए जाते हैं, जां इहो जिहे पेश करके दसे जाते हैं जिन्हां तुहानूं समझ ना आवे। असीं हमेशा कोशिश करदे हां कि तुहानूं कुछ चीज़ां समझ आउण जिन्हां तुहानूं पता लग सके कि असल विच मुद्दा है की है। जिहड़े आर्डीनेंस पास किए गए हैं उन्होंने आर्डीनेंस के विचों दो आर्डीनेंस है उन्होंने नोटिफिकेशन जारी हो चुकिया। ये नोटिफिकेशन दी कॉपीज़ है, एक जिहड़ा नोटिफिकेशन है वह 23 पेजा का, एक नोटिफिकेशन जिहड़ा वह 14 पेजा का। हालांकि एक कानूनी भाषा जिंदे विच तुहानूं ज़्यादा चीज़ां नहीं समझ आणगियां, पर जिहड़े किसानी नाल तल्लुक रखते हैं उन्होंने छेती समझ आ जाएगा कि असल विच सरकारां कहना की चाहुंदियां। आर्डीनेंस ते ट्रैक्टर चल रहे हैं, ट्रैक्टर प्रोटेस्ट चलते पे, मुजाहरे चलते पे है, सियासत चलती पी है। सियासत अपनिया सहारे भालदियाँ पी कि असी वोट बैंक किवें मजबूत करना है। पर साडा सवाल इक्को होएगा, आर्डीनेंस ते आर पार कौन सौखा ते कौन औखा। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਖੇਤੀ ਆਰਡੀਨੈਂਸਾਂ 'ਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਸਿਆਸਤਦਾਨਾਂ ਅਤੇ ਕਿਸਾਨਾਂ ਕੋਲ ਕਿਹੜਾ ਰਾਹ ਬਾਕੀ ਹੈ? ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਇਹ 20 ਜੁਲਾਈ ਨੂੰ ਨੋਟੀਫਿਕੇਸ਼ਨ ਹੋ ਚੁੱਕੀ ਆ ਅਤੇ ਜਿਹੜੇ ਮਹਿਮਾਨ ਸਾਡੇ ਨਾਲ ਹੈਗੇ ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਗਿਆਨ ਸਿੰਘ ਐਗਰੋ ਇਕਨੋਮਿਸਟ ਨੇ, ਡਾਕਟਰ ਗਿਆਨ ਸਿੰਘ ਹਰੀ ਸਾਬਕਾ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਅਤੇ ਇਹ ਅਰਥ ਸ਼ਾਸਤਰੀ ਹੋਣ ਦੇ ਨਾਲ ਨਾਲ ਕਿਸਾਨਾਂ ਦੀ ਜਿਹੜੀ ਜ਼ਮੀਨ ਦੀ ਸਮੱਸਿਆ ਹੈਗੀ ਹੈ, ਖੇਤ ਮਜ਼ਦੂਰਾਂ ਦੀ ਸਮੱਸਿਆ ਹੈਗੀ ਹੈ, ਜਿਹੜੇ ਛੋਟੀ ਕਿਸਾਨੀ ਉਹਨਾਂ ਦੀ ਸਮੱਸਿਆ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਵੀ ਆ ਅਤੇ ਅਕਸਰ ਲਿਖਦੇ ਵੀ ਰਹਿੰਦੇ ਅਤੇ ਚਿੰਤਨ ਵੀ ਕਰਦੇ, ਇਸ ਕਰਕੇ ਡਾਕਟਰ ਗਿਆਨ ਸਿੰਘ ਨੂੰ ਸੱਦਿਆ। ਡਾਕਟਰ ਗਿਆਨ ਸਿੰਘ ਸਰ, ਤੁਹਾਡਾ ਬਹੁਤ ਸਵਾਗਤ ਹੈ। ਚੰਦ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆ, ਚੰਦ ਸਿੰਘ ਬਰਾੜ ਦੀ ਜਿਹੜੀ ਪਾਰਟੀ ਉਹ ਅੱਜ ਨੂੰ ਕਿਸਾਨ ਹਿਤੈਸ਼ੀ ਪਾਰਟੀ ਕਹਿੰਦੀ ਆ, ਅਤੇ ਹੁਣ ਜਦੋਂ ਆਰਡੀਨੈਂਸ 'ਤੇ ਇਹ ਸਾਰੀ ਸਿਆਸਤ ਮਗੀ ਅਤੇ ਨਿਸ਼ਾਨਾ ਅਕਾਲੀ ਦਲ ਨੂੰ ਵੀ ਬਣਾਇਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਆ ਅਤੇ ਇਹ ਜਵਾਬ ਦੇਣ, ਅਤੇ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਉਸ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦੀ ਬਹਿਸ ਸ਼ੁਰੂ ਹੋ ਗਈ ਹੈ, ਪਰ ਹੁਣ ਨੋਟੀਫਿਕੇਸ਼ਨ ਹੋ ਚੁੱਕਿਆ ਅਤੇ ਹੁਣ ਕਿਹੜੀ ਬਹਿਸ ਹੋਣੀ ਚਾਹੀਦੀ ਹੈ ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਿਸਟਰ ਬਰਾੜ, ਤੁਹਾਡਾ ਬਹੁਤ ਸਵਾਗਤ ਹੈ। ਗੁਰਮੀਤ ਮਾਂਗੜ ਕਾਂਗਰਸ ਦੇ ਬੁਲਾ ਰਹੇ ਆ, ਅਤੇ ਕਾਂਗਰਸ ਉਹ ਪਾਰਟੀ ਆ ਜਿਨ੍ਹਾਂ 'ਤੇ ਇਹ ਸਵਾਲ ਉੱਠਦੇ ਪਏ ਕਿ 2017 ਵਿੱਚ ਇਹ ਵੀ ਕੁਝ ਇਹੋ ਜਿਹੀਆਂ ਮਦਾਂ ਲੈ ਕੇ ਆਏ ਸੀਗੇ ਜਿਹੜੀਆਂ ਕਿ ਕਿਸਾਨਾਂ ਲਈ ਘਾਤਕ ਨੇ, ਪਰ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀਆਂ ਮਦਾਂ ਸੀ ਜਿਨ੍ਹਾਂ 'ਤੇ ਇਹਨਾਂ ਨੂੰ ਘੇਰਿਆ ਜਾ ਰਿਹਾ। ਪਰ ਸਵਾਲ ਇਹ ਹੈਗਾ ਕਿ ਇਹ ਵੀ ਕੋਈ ਸਿਆਸਤ ਤਾਂ ਨਹੀਂ ਕਰਦੇ ਪਏ, ਜਿਹੜੀ ਸਰਵ ਪਾਰਟੀ ਬੈਠਕ ਵੀ ਸੱਦ ਲੈਂਦੇ ਆ ਅਤੇ ਉਸ ਤੋਂ ਬਾਅਦ ਜਦੋਂ ਮੁੱਦਾ ਇਹ ਉੱਠਦਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਣਾ ਚਾਹੀਦਾ, ਉਸ ਵਿੱਚ ਮਤਾ ਲਿਆਂਦਾ ਜਾਣਾ ਚਾਹੀਦਾ, ਅਤੇ ਉਦੋਂ ਇਹ ਕੀ ਜਵਾਬ ਦਿੰਦੇ ਆ ਅਤੇ ਹੁਣ ਇਹਨਾਂ ਕੋਲ ਕੀ ਤਰਕ ਹੈਗਾ, ਕਿਉਂਕਿ ਨੋਟੀਫਿਕੇਸ਼ਨ ਤਾਂ ਹੋ ਚੁੱਕਿਆ, ਹਾਲਾਂਕਿ ਮੁੱਖ ਮੰਤਰੀ ਨੇ ਵੀ ਇਸ ਦਾ ਕਰੜਾ ਵਿਰੋਧ ਜਤਾਇਆ ਹੈਗਾ। ਗੁਰਮੀਤ ਮਾਂਗੜ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਚੰਦ ਸਿੰਘ ਬਰਾੜ ਤੁਹਾਨੂੰ ਕਰਨਾ ਚਾਹੁੰਦਾ। ਚੰਦ ਸਿੰਘ ਬਰਾੜ, ਵੈਲਕਮ ਕਰਦੇ ਹੋ, ਨੋਟੀਫਿਕੇਸ਼ਨ ਹੋ ਗਿਆ, ਆਮੇ ਕੋਈ ਨੋਟੀਫਿਕੇਸ਼ਨ ਦੀ ਕਾਪੀ। ਦੇਖੋ, ਮੇਰੀ ਇੱਕ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਮੁੱਚੀ ਕਿਸਾਨ ਜਥੇਬੰਦੀਆਂ ਹਮੇਸ਼ਾ ਇੱਕ ਚੀਜ਼ ਦੀ ਮੰਗ ਕਰਦੀ ਰਹੀ ਹੈ, ਹਮੀ ਦਰ ਰਹੀ ਹੈ ਕਿ ਜਿਹੜੀ ਓਪਨ ਮਾਰਕੀਟ ਦੇ ਵਿੱਚ ਸਾਡੀ ਫਸਲ ਜਿਹੜੀ ਆ ਉਹ ਵਿਕਣੀ ਚਾਹੀਦੀ ਹੈ। ਔਰ ਮੇਰਾ ਖਿਆਲ ਹੈ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਜਿਹੜਾ ਹੈਗਾ ਇਹ ਸਾਰੇ ਕਿਸਾਨਾਂ ਦੇ ਵਿੱਚ ਬੜਾ ਹਿੱਤ ਦੇ ਵਿੱਚ ਰਹੇਗਾ, ਬਸ਼ਰਤੇ ਕਿ ਇੱਕ ਚੀਜ਼ ਦਾ ਜਿਹੜਾ ਵਿਰੋਧੀ ਪਾਰਟੀਆਂ ਜਿਹੜਾ ਗੱਲਾਂ ਮਤਲਬ ਇੱਕ ਤਰ੍ਹਾਂ ਦਾ ਹਥਿਆਰ ਬਣਾ ਕੇ ਵਰਤ ਰਹੀਆਂ ਕਿ MSP ਜਿਹੜੀ ਹੈ ਖਤਮ ਹੋ ਜੂਗੀ, ਇਸ ਚੀਜ਼ ਦਾ ਰਾਗ ਜਿਹੜਾ ਹੈਗਾ ਉਹ ਲਾਪਿਆ ਜਾ ਰਿਹਾ। ਕੇਂਦਰ ਦੀ ਸਰਕਾਰ ਦੇ ਦੋ ਵਾਰੀ ਖੇਤੀਬਾੜੀ ਮੰਤਰੀ ਸਾਹਿਬ ਨੇ, ਔਰ ਇੱਕ ਵਾਰੀ ਜਦੋਂ ਗਡਕਰੀ ਸਾਹਿਬ ਦੀ ਗੱਲ 'ਤੇ ਗੱਲ ਉੱਠੀ ਤਾਂ ਉਹਨਾਂ ਨੇ ਤਿੰਨਾਂ ਨੇ ਇੱਕ ਗੱਲ ਕਲੀਅਰ ਕੀਤੀ ਕਿ ਝੋਨੇ ਅਤੇ ਕਣਕ ਦੀ ਜਿਹੜੀ ਪਰਚੇਜ਼ ਹੈ ਸਰਕਾਰੀ ਤੌਰ 'ਤੇ ਪਹਿਲਾਂ ਦੀ ਤਰ੍ਹਾਂ ਹੁੰਦੀ ਰਹੂਗੀ, ਇੱਕ ਗੱਲ ਉਹਨਾਂ ਨੇ ਕਲੀਅਰ ਕੀਤੀ। ਦੂਜਾ, ਜਦੋਂ ਇਹ ਨੋਟੀਫਿਕੇਸ਼ਨ ਹੋਣਾ ਸੀਗਾ ਉਸ ਤੋਂ ਪਹਿਲਾਂ ਹਾਲੇ ਤੀਕ ਪੰਜਾਬ ਦੀਆਂ ਮੰਡੀਆਂ ਨਹੀਂ, ਸਾਰੇ ਦੇਸ਼ ਦੀਆਂ ਮੰਡੀਆਂ ਜਿਹੜੀਆਂ ਉਹ ਬਾਹਰ ਨਹੀਂ ਸੀ ਸਿਕਿਓਰ ਕੀਤੀਆਂ ਗਈਆਂ। ਉਹ ਜਦੋਂ ਇਹਨਾਂ ਗੱਲਾਂ ਦੇ ਵਿੱਚ ਗੱਲ ਆਈ ਤਾਂ ਜਦੋਂ ਇਹ ਵੀ ਸਿਕਿਓਰ ਕਰਾਇਆ ਕਿ ਜਿਹੜੀਆਂ ਮੰਡੀਆਂ ਚੱਲਦੀਆਂ ਜਾਂ ਕੱਲ੍ਹ ਨੂੰ ਪੰਜਾਬ ਸਰਕਾਰ ਭਾਵੇਂ ਜਿਵੇਂ ਅੱਜ 2000 ਦੇ ਕਰੀਬ ਜਾਂ ਕਿੰਨੀਆਂ ਮੰਡੀਆਂ ਚੱਲਦੀਆਂ ਅਤੇ ਕੱਲ੍ਹ ਨੂੰ 2000 ਹੋਰ ਵੀ ਡਿਕਲੇਅਰ ਕਰਦੇ, ਉੱਥੇ ਉੱਥੇ ਗਵਰਨਮੈਂਟ ਦੀ ਪਰਚੇਜ਼ ਹੋ ਸਕੇਗੀ, ਉੱਥੇ ਕੋਈ ਦਖਲ ਅੰਦਾਜ਼ੀ ਜਿਹੜੀ ਹੈ ਉਹ ਪ੍ਰਾਈਵੇਟ ਵਾਲੇ ਦੀ ਵੀ ਨਹੀਂ ਹੋਊਗੀ, ਪਰ ਪ੍ਰਾਈਵੇਟ ਮੰਡੀਆਂ ਜਿਹੜੀਆਂ ਹੈਗੀਆਂ ਜਿੱਥੇ ਹੋਊਗੀ ਉਹ ਕਰ ਸਕਦੀਆਂ। ਔਰ ਮੈਂ ਬੇਨਤੀ ਇਸ ਗੱਲ ਦੀ ਕਰਦਿਆਂ ਕਿ ਸਭ ਤੋਂ ਵੱਡਾ ਇੱਕੋ ਹੀ ਗੱਲ ਹੈ ਕਿ ਜਿਹੜੀ MSP ਹੈ ਚੌਲ 'ਤੇ ਕਣਕ ਦੇ ਉੱਤੇ, ਇਹ ਕੋਈ ਨਾ ਤਾਂ ਨੋਟੀਫਿਕੇਸ਼ਨ ਨਾਲ ਖਰੀਦਣੀ ਸ਼ੁਰੂ ਹੋਈ ਸੀ, ਕਿਉਂਕਿ ਜਦੋਂ ਇਹ MSP ਸ਼ੁਰੂ ਹੋਈ ਹੈ ਕਣਕ ਚੌਲਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਕਰਵਾਈ ਸੀ, ਕਿਉਂਕਿ ਇਹ ਤਰਕ ਦਿੱਤਾ ਗਿਆ ਸੀ ਕਿ
जो असी ढिड पालते रहे हैं देश का तो अज जे लोड़ हैगी तो सिक्योर करो तो सिक्योर करी उस वेले तो अज तक चलती आ रही है कि भी जी एक मिनट मैं पूरा कर लें जवाब भी आएगा बिचे आ जाएगा ना बिचे आ जाएगा मेरी बेनती सुन लो ना बिचे आ जाएगा तुम एक इस गल गल जोड़ के तो फिर कल क्लिप यह निकलती है फिर विरोधी तरह वरत दी मेरी बेनती सुन लो क्लिप नहीं कटते तुम नहीं कटते लोग कटते ना जी तुम थोड़ी कटोगे तुम तो मैं मैं कहना मैं पूरी गल कर लेंदे कि उदों की असी एम एस पी चलती है और श्रोमणी अकाली दल इस गल का पंजाब के किसान के नाल खड़ा है भावें साड़ी भाईवाल सरकार होवे ते भावें कोई होर होवे कदे भी कोई सरकार एम एस पी बंद करन दी कोशिश करेगी झोना चौल की खरीद बंद करन दी कोशिश करेगी श्रोमणी अकाली दल सब तो पहला सड़क ते उतरेगा और हर तरह का संघर्ष करेगा एक गल मेरा एक पंजाब सरकार के नुमाइंदे नूं बेनती है आ मेरे हाथ के 14/8/2017 का नोटिफिकेशन है पंजाब सरकार का जो अज हिंदुस्तान की सरकार ने नोटिफिकेशन किया है यही 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪਰ ਅੱਜ ਮੇਰਾ ਖਿਆਲ ਹੈ ਕਿ ਪੰਜਾਬ ਦੇ ਭਖਦੇ ਮੁੱਦਿਆਂ ਤੋਂ ਜਿਹੜਾ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਰਾਸ਼ਨ ਕਪੜਾ ਹੋ ਗਿਆ ਸ਼ਰਾਬ ਕਪੜਾ ਹੋ ਗਿਆ ਬਾਕੀ ਦੇ ਮਾਈਨਿੰਗ ਦਾ ਕਪੜਾ ਹੋ ਗਿਆ ਬਾਕੀ ਕਪੜੇ ਹੋ ਗਏ ਉਹਨਾਂ ਕਪੜਿਆਂ ਤੋਂ ਜਾਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਅੱਜ ਇਹਨੂੰ ਹਥਿਆਰ ਦੇ ਤੌਰ ਤੇ ਵਰਤ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਪਹਿਲਾਂ ਹੀ ਆਪ ਸਰਕਾਰ ਨੇ ਇਹ ਸਾਰਾ ਕੁਝ ਕਰ ਚੁੱਕੀ ਠੀਕ ਹੈ ਤੁਸੀਂ ਵੈਲਕਮ ਕਰ ਦਿਓ ਨੋਟੀਫਿਕੇਸ਼ਨ ਤੇ ਅਸੀਂ ਨਾਲ ਖੜੇ ਹਾਂ ਤੇ ਵੈਲਕਮ ਵਾਲਾ ਕੀ ਰਹਿ ਗਿਆ ਤੇ ਨਾਲ ਰਹਿ ਗਿਆ ਗੁਰਮਿਤ ਮੰਗੜ ਇਹ ਕਹਿੰਦੇ ਆ ਵੀ 14/8/2017 ਤੁਸੀਂ ਵੀ ਇਹੋ ਜਿਹੀਆਂ ਮਦਾਂ ਰੱਖੀਆਂ ਸੀਗੀਆਂ ਤੁਸੀਂ ਵੈਲਕਮ ਕਰੋ ਫਿਰ ਕੇਪੀ ਜੀ ਜੇ ਉਹ ਨੋਟੀਫਿਕੇਸ਼ਨ ਨੂੰ ਪੜ੍ਹ ਲਓ ਪਹਿਲੀ ਗੱਲ ਜਿਹੜਾ ਸਭ ਤੋਂ ਪਹਿਲਾਂ ਇਸ ਨੋਟੀਫਿਕੇਸ਼ਨ ਦੇ ਉੱਤੇ ਦੋ ਚੀਜ਼ਾਂ ਦਾ ਇਤਰਾਜ਼ ਹੈ ਪਹਿਲਾ ਤੇ ਇਹਦੇ ਵਿੱਚ ਡਾਇਰੈਕਟ ਐਮ ਐਸ ਪੀ ਨੂੰ ਥ੍ਰੈਟ ਹੈ ਐਮ ਐਸ ਪੀ ਇਹਨਾਂ ਨੇ ਹਟਾ ਦੇਣਾ ਹੈ ਬਾਕੀ ਬਰਾੜ ਸਾਹਿਬ ਨੇ ਕਿਹਾ ਜੀ ਸਾਡੇ ਮੰਤਰੀਆਂ ਨੇ ਕਿਹਾ ਇਹਨਾਂ ਨੇ ਗਡਕਰੀ ਸਾਹਿਬ ਦਾ ਨਾਂ ਲਿਆ ਤੇ ਐਗਰੀਕਲਚਰ ਮਿਨਿਸਟਰ ਦਾ ਨਾਂ ਲਿਆ ਸ਼ਾਇਦ ਬਰਾੜ ਸਾਹਿਬ ਭੁੱਲ ਗਏ ਇਹਨਾਂ ਦੀ ਪਾਰਟੀ ਦੇ ਡਿਫਰੈਂਟ ਲੀਡਰ ਡਿਫੈਂਸ ਮਿਨਿਸਟਰ ਪ੍ਰਾਈਮ ਮਿਨਿਸਟਰ ਦਾ ਚਾਈਨਾ ਨੂੰ ਲੈ ਕੇ ਡਿਫਰੈਂਟ ਬਿਆਨ ਹੈ ਸੋ ਇਹਨਾਂ ਦੇ ਬਿਆਨਾਂ ਦੀ ਕੋਈ ਮਹੱਤਤਾ ਨਹੀਂ ਹੈਗੀ ਗੱਲ ਹੈ ਜਿਹੜੀ ਹਕੀਕਤ ਹੈ ਦੂਜੀ ਗੱਲ ਇਹ ਕਿ ਇਹ ਸਰਾਸਰ ਜੇ ਬਰਾੜ ਸਾਹਿਬ ਨੇ ਨੋਟੀਫਿਕੇਸ਼ਨ ਪੜਿਆ ਹੋਵੇ ਇਹ ਜਿਹੜਾ ਸਟੇਟ ਦਾ ਫੈਡਰਲ ਸਟਰਕਚਰ ਹੈਗਾ ਉਹਦੇ ਵਿੱਚ ਪੈਨੀਟ੍ਰੇਸ਼ਨ ਕਰਨ ਦੀ ਗੱਲ ਹੈ ਸਟੇਟਾਂ ਤੋਂ ਤੁਸੀਂ ਅਧਿਕਾਰੀ ਕੌਣ ਲੱਗੇ ਹੋ ਕੱਲ ਨੂੰ ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇਣਾ ਚਾਹੁੰਦਾ ਸੈਂਟਰ ਲੀਡਰਸ਼ਿਪ ਬੋਲਦੀ ਪਈ ਹੈ ਸਰ ਮੰਗੜ ਸਾਹਿਬ ਤੁਹਾਡੀ ਸੈਂਟਰ ਲੀਡਰਸ਼ਿਪ ਬੋਲਦੀ ਪਈ ਹੈ ਉਹ ਤਾਂ ਮੈਂ ਇਸ ਮਾਮਲੇ ਤੇ ਕੇਪੀ ਜੀ ਅਸੀਂ ਬੋਲਦਾ ਰਹੇ ਸਰ ਮੈਂ ਸੈਂਟਰ ਲੀਡਰਸ਼ਿਪ ਦੀ ਗੱਲ ਕਰਦਾ ਹਾਂ ਰਾਹੁਲ ਗਾਂਧੀ ਹਰਾਂ ਦੀ ਗੱਲ ਕਰਦਾ ਸਰ ਤੁਹਾਡੀ ਹਾਈਕਮਾਂ ਦੀ ਗੱਲ ਕਰਦਾ ਉਹਨਾਂ ਨਾਲ ਕੋਈ ਬਿਆਨ ਆਇਆ ਸਰ ਕੋਈ ਸਟੇਟਮੈਂਟ ਆਈ ਹੈ ਉਹ ਵੀ ਬੋਲਣ ਬਿਲਕੁਲ ਸਰ ਕਦੋਂ ਬੋਲਣਗੇ ਸਰ ਮਾਂਗੜ ਸਾਹਿਬ ਕਦੋਂ ਬੋਲਣਗੇ ਕੇਪੀ ਜੀ ਬਿਲਕੁਲ ਬੋਲਣਗੇ ਜੇ ਮੈਂ ਮੇਰੀ ਗੱਲ ਸੁਣੋ ਬਿਲਕੁਲ ਬੋਲਣਗੇ ਸਰ ਰਾਹੁਲ ਗਾਂਧੀ ਉਦੋਂ ਬੋਲਦੇ ਸੀ ਨਾ ਜਦੋਂ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਚੋਣਾਂ ਸੀਗੀਆਂ ਉਦੋਂ ਕਿਸਾਨੀ ਬਾਰੇ ਬੋਲਦੇ ਸੀ ਤੁਸੀਂ ਸਰ ਹੁਣ ਕਿਉਂ ਨਹੀਂ ਬੋਲਦੇ ਪਏ ਬਿਲਕੁਲ ਬੋਲ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੇ ਆਲਰੇਡੀ ਸਟੇਟਮੈਂਟ ਦੇ ਚੁੱਕੀ ਹੈ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਜੀ ਬਿਲਕੁਲ ਕਰ ਰਹੇ ਹਾਂ ਜੀ ਇਹ ਸਟੇਟ ਦਾ ਵਿਰੋਧ ਹੈ ਕਿ ਸੈਂਟਰ ਦਾ ਵਿਰੋਧ ਹੈ ਸਰ ਇਹ ਦੱਸ ਦਿਓ ਬੜਾ ਕਲੀਅਰ ਕਰ ਦਿਓ ਫਿਰ ਆਪਾਂ ਡਿਬੇਟ ਖੋਲ ਦੂੰਗਾ ਮੈਂ ਇਹ ਸਾਡੀ ਪਾਰਟੀ ਦਾ ਹੀ ਵਿਰੋਧ ਹੈ ਅਸੀਂ ਕੋਈ ਵੀ ਨੀਤੀ ਜਿਹੜੀ ਮੋਦੀ ਸਰਕਾਰ ਦੀ ਕਿਸਾਨਾਂ ਦੇ ਵਿਰੋਧ ਹੈ ਅਸੀਂ ਉਹਦਾ ਵਿਰੋਧ ਕਰਾਂਗੇ ਜੀ ਚਲੋ ਇੱਕ ਮੈਂ ਛੋਟਾ ਬ੍ਰੇਕ ਲੈਣਾ ਸਰ ਬ੍ਰੇਕ ਤੋਂ ਵਾਪਸ ਆ ਰਹੇ ਡਾਕਟਰ ਗਿਆਨ ਸਿੰਘ ਤੋਂ ਮੈਂ ਸਮਝਣਾ ਸਾਰਾ ਕੁਝ ਹੁਣ ਆਡੀਅੰਸ ਤੇ ਆਰ ਪਰ ਹੋ ਰਿਹਾ ਕੌਣ ਸੁੱਖਾ ਕੌਣ ਔਖਾ ਕੱਲੀ ਚੀਜ਼ ਸਮਝਾਵਾਂਗੇ ਹਾਲਾਂਕਿ ਪਾਰਟੀਆਂ ਦੇ ਨੁਮਾਇੰਦਿਆਂ ਦੀ ਆਪਦੀ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੇ ਪਾਰਟੀ ਲਾਈਨ ਨੂੰ ਡਿਫੈਂਡ ਕਰਨਾ ਹੁੰਦਾ ਉਹਨਾਂ ਨੇ ਚਲੋ ਠੀਕ ਹੈ ਤੁਸੀਂ ਕਹਿ ਰਹੇ ਹੋ ਸਾਡੀ ਕੋਈ ਮਜਬੂਰੀ ਨਹੀਂ ਹੈਗੀ ਚਲੋ ਮਜਬੂਰੀ ਹੋਣੀ ਵੀ ਨਹੀਂ ਚਾਹੀਦੀ ਕਿ ਜੋ ਕਿਸਾਨਾਂ ਦੇ ਨਾਲ ਨਹੀਂ ਖੜਾ ਇਹਦਾ ਮਤਲਬ ਕਿਸਾਨਾਂ ਧੋਖਾ ਕਰ ਰਿਹਾ ਜੇ ਮਜਬੂਰੀ 'ਚੋਂ ਗੱਲ ਕਰ ਰਿਹਾ ਤਾਂ ਇਹਦਾ ਮਤਲਬ ਝੂਠ ਬੋਲਦਾ ਪਿਆ ਹੈਗਾ ਮਜਬੂਰੀ ਨਹੀਂ ਹੋਣੀ ਚਾਹੀਦੀ ਸਾਡੀ ਕੋਈ ਮਜਬੂਰੀ ਨਹੀਂ ਅਸੀਂ ਸਾਰੇ ਸਵਾਲ ਕਰਾਂਗੇ ਬ੍ਰੇਕ ਤੋਂ ਵਾਪਸ ਆ ਕੇ ਬੜਾ ਸਵਾਲ ਸੀ ਪੁੱਛ ਰਹੇ ਖੇਤੀ ਆਰਡੀਨੈਂਸਾਂ 'ਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਸਿਆਸਤਦਾਨਾਂ 'ਤੇ ਕਿਸਾਨਾਂ ਕੋਲ ਕਿਹੜਾ ਰਾਹ ਡਾਕਟਰ ਗਿਆਨ ਸਿੰਘ ਗ੍ਰਾਫਿਕਲੀ ਸਾਰੀ ਇਨਫੋਰਮੇਸ਼ਨ ਚੱਲ ਰਹੀ ਹੈ ਨਾਲ ਕਿਸਾਨ ਉਸਨੂੰ ਪੜ੍ਹ ਵੀ ਸਕਣਗੇ ਅਤੇ ਜਿਹੜਿਆਂ ਨੂੰ ਕਿਸਾਨੀ ਬਾਰੇ ਸਮਝ ਨਹੀਂ ਹੈਗੀ ਉਹ ਵੀ ਉਸਨੂੰ ਪੜ੍ਹ ਕੇ ਸਮਝ ਸਕਦੇ ਹੈ ਡਾਕਟਰ ਗਿਆਨ ਸਿੰਘ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਇਹ ਹੁਣ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਪਏ ਆ ਜਿਹੜਾ 20 ਜੁਲਾਈ ਨੂੰ ਆਇਆ ਅਤੇ ਅਕਾਲੀ ਦਲ 14/8/2017 ਦਾ ਇਹਨਾਂ ਦਾ ਰਿਕਾਰਡ ਕੱਢੀ ਬੈਠਾ ਕਾਂਗਰਸ ਦਾ ਸਰ ਕੇਜਰੀਵਾਲ ਸਾਹਿਬ ਦੀ ਮੈਨੂੰ ਇੱਕ ਗੱਲ ਯਾਦ ਆਉਂਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੈਗੀ ਗੀ ਇਸ ਡਿਬੇਟ ਦੇ ਵਿੱਚ ਉਹ ਹਮੇਸ਼ਾ ਇਹ ਕਹਿੰਦੇ ਆ ਸਭ ਮਿਲੇ ਹੋਏ ਆ ਜੀ ਤੁਹਾਨੂੰ ਵੀ ਲੱਗਦਾ ਸਭ ਮਿਲੇ ਹੋਏ ਆ ਜੀ ਗਿਆਨ ਸਿੰਘ ਜੀ ਦੇਖੋ ਕੇਪੀ ਜੀ ਗੱਲ ਇਹ ਹੈ 1991 ਤੋਂ ਬਾਅਦ ਜਿਨ੍ਹਾਂ ਨੇ ਸਾਡੇ ਦੇਸ਼ ਤੇ ਹਕੂਮਤ ਕੀਤੀ ਹੈ ਇਹ ਉਹਦੀਆਂ ਆਰਥਿਕ ਨੀਤੀਆਂ ਲਗਭਗ ਇੱਕੋ ਜਿਹੀਆਂ ਨੇ ਉਹ ਇਕਨੋਮਿਕ ਡਿਸਪੈਰਿਟੀਜ਼ ਨੂੰ ਵਧਾ ਰਹੀਆਂ ਨੇ 1% ਤੇ 99% ਦਾ ਗੈਪ ਵਧਾ ਰਹੀਆਂ ਨੇ
ਤੇ ਇਹਨਾਂ ਆਰਡੀਨੈਂਸਸ ਦਾ ਤਿੰਨਾਂ ਦਾ ਤੇ ਹੁਣ ਦੋ ਦੀ ਨੋਟੀਫਿਕੇਸ਼ਨ ਦਾ ਇਹ ਅੱਤ ਦੀ ਲੋੜ ਦੇ ਵਿੱਚ ਆਰਡੀਨੈਂਸ ਜਾਰੀ ਦਿੰਦੇ ਆ। ਇਹ ਸਾਡੀ ਪਹਿਲੀ ਫਸਲ ਚੱਕੀ ਜਾ ਚੁੱਕੀ ਸੀ ਪੂਰੇ ਭਾਰਤ 'ਚ, ਕਿਹੜੀ ਅੱਤ ਦੀ ਲੋੜ ਸੀ ਕਿ ਆਰਡੀਨੈਂਸ ਜਾਰੀ ਕਰਨੇ ਪਏ। ਜੇ ਹੁਣ ਇਹਦੇ 'ਚ ਇੱਕ ਦਲੀਲ ਦਿੱਤੀ ਜਾ ਰਹੀ ਹੈ ਹੁਕਮਰਾਨ ਧਿਰਾਂ ਵੱਲੋਂ ਕਿ ਇਹ ਕਿਸਾਨਾਂ ਦੇ ਭਲੇ ਲਈ ਨੇ, ਜੇ ਕਿਸਾਨਾਂ ਦੇ ਕਿਸਾਨਾਂ ਜਾਂ ਖਪਤਕਾਰਾਂ ਦੇ ਭਲੇ ਲਈ ਨੇ, ਦੋ ਚਾਰ ਲਾਈਨਾਂ ਹੋਰ ਪਾ ਦਿੰਦੇ। ਪਹਿਲੀ ਗੱਲ, MSP ਸਵਾਮੀਨਾਥਨ ਦੀ ਠੀਕ ਰਿਕਮੈਂਡੇਸ਼ਨ ਦੇ ਬੇਸਿਸ 'ਤੇ ਹੋਊਗੀ ਜਾਂ ਉਸ ਤੋਂ ਉੱਪਰ ਹੋਊਗੀ। ਦੂਜੀ ਗੱਲ, ਉਹਦੀ ਪ੍ਰੋਕਿਓਰਮੈਂਟ ਦੀ ਅਸ਼ੋਰੈਂਸ ਦਿੰਦੇ, ਜਿਹੜੀ ਬਰਾੜ ਸਾਹਿਬ ਕਹਿੰਦੇ ਸੀ ਕਿ ਤੋਮਰ ਉਹਨਾਂ ਨੇ ਕਿਹਾ ਨਾ, ਉਹਨਾਂ ਨੇ MSP ਦਾ ਕਿਹਾ, ਪ੍ਰੋਕਿਓਰਮੈਂਟ ਦੀ ਕੋਈ ਅਸ਼ੋਰੈਂਸ ਨਹੀਂ ਦਿੱਤੀ, ਪ੍ਰੋਕਿਓਰਮੈਂਟ ਦੀ ਅਸ਼ੋਰੈਂਸ ਦਿੰਦੇ। ਫਿਰ ਜਿਹੜੀ 23 ਕਰੋੜ, ਇਹਨਾਂ ਦੀ ਆਪਦੀ ਸਟੇਟਮੈਂਟ ਹੈ ਡਾਕਟਰ ਗਿਆਨ ਸਿੰਘ, ਇਹਨਾਂ ਦੀ ਆਪਦੀ ਸਟੇਟਮੈਂਟ ਹੈ ਪਾਰਟੀ ਦੀ, ਜਿਨ੍ਹਾਂ ਵਿੱਚ ਇਹਨਾਂ ਨੇ ਇਹ ਲਾਈਨ ਜੋੜੀ ਹੈ ਪ੍ਰੋਕਿਓਰਮੈਂਟ ਵਾਲੀ। ਮੱਕੀ ਦੀ ਹਾਲਤ ਦੇਖ ਲੋ ਪੰਜਾਬ ਚ ਕੀ ਹੈ ਤੇ ਗੁਜਰਾਤ ਚ ਕੀ ਹੈ, ਤੇ ਉਹ MSP ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਉਹ MSP ਤੋਂ ਕਰਾਉਣਾ ਕੀ ਹੈ। ਤੇ ਇਸ ਤੋਂ ਬਿਨਾਂ ਜਿਹੜਾ ਸੰਘੀ ਢਾਂਚੇ ਸੰਘੀ ਕੁੱਟੀ ਜਾ ਰਹੀ ਹੈ, ਇਹਦੇ ਨਾਲ ਐਗਰੀਕਲਚਰ ਮਾਰਕੀਟਿੰਗ ਬੋਰਡ ਦਾ ਆਮਦਨੀ ਘਟੂਗੀ, ਉਹਦੇ ਨਾਲ ਲਿੰਕ ਰੋਡਾਂ ਮਰਨਗੀਆਂ, ਇਹ ਲਿੰਕ ਰੋਡ ਦੇ ਨਾਲ ਨਾਲ ਇਹ ਪੇਂਡੂ ਵਿਕਾਸ ਮਰੂਗਾ, ਇਹ ਉਹਦੀ ਭਰਪਾਈ ਕੌਣ ਕਰੂਗਾ। ਇਸ ਤੋਂ ਬਿਨਾਂ ਜਿਹੜੀਆਂ APMC ਮੰਡੀਆਂ ਨੇ ਉਹਦੇ ਵਿੱਚ ਜਿੰਨੇ ਪੱਲੇਦਾਰ ਕੰਮ ਕਰਦੇ ਨੇ, ਹੋਰ ਆੜਤੀ ਜਾਂ ਦੂਜੇ ਕੰਮ ਕਰਦੇ ਆ, ਉਹਨਾਂ ਦੇ ਰੁਜ਼ਗਾਰ ਦਾ ਕੀ ਬਣੂਗਾ। ਤੇ ਅਖੀਰਲੀ ਗੱਲ, ਜਿਹੜਾ ਖਪਤਕਾਰ ਹੈ ਵਿਚਾਰਾ, ਉਹ 4 ਦਿਨ ਪਹਿਲਾਂ ਆਲੂ 20 ਰੁਪਏ ਕਿਲੋ ਲੈਂਦਾ ਸੀ, ਹੁਣ 40 ਤੋਂ 50 ਹੋ ਗਏ। ਜਿਹੜਾ ਤੀਜਾ ਆਰਡੀਨੈਂਸ 1955 ਵਾਲਾ ਐਸੈਂਸ਼ੀਅਲ ਕਮੋਡਿਟੀਜ਼ ਵਾਲਾ ਹੈਗਾ, ਜ਼ਖੀਰੇਬਾਜ਼ੀ ਕਰਕੇ ਟਮਾਟਰਾਂ ਬਾਰੇ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਮੀਂਹ ਕਰਕੇ ਟਮਾਟਰਾਂ ਦੀ ਫਸਲ ਘੱਟ ਗਈ, ਇਹ ਆਮਦ ਘੱਟ ਗਈ, ਆਲੂ ਦਾ ਸਟੋਰਾਂ 'ਚ ਪਏ ਨੇ, ਆਲੂ ਦਾ ਉਹ ਜ਼ਖੀਰਿਆਂ 'ਚ ਪਏ ਨੇ, ਉਹਦੀ ਕੀਮਤ 2 ਗੁਣਾ ਤੋਂ 2.5 ਗੁਣਾ ਵੱਧ ਗਈ। ਇਸ ਲਈ ਇਹ ਆਰਡੀਨੈਂਸਾਂ ਦੇ ਆਰ ਪਾਰ ਦੇਖਦੇ ਹੋਏ ਕੋਈ ਇਹ ਨਿਰਾਸ਼ਾ ਹੀ ਹੁੰਦੀ ਹੈ, ਕੋਈ ਬਹੁਤਾ ਸੁੱਖ ਦਾ ਸਾਹ ਨਹੀਂ ਆ ਰਿਹਾ ਹੈਗਾ। ਚੰਜੀ ਬਰਾੜ, ਇੱਕ ਚੀਜ਼ ਕਲੀਅਰ ਕਰ ਦਿਓ, ਸੰਖੇਪ ਵਿੱਚ ਕਲੀਅਰ ਕਰ ਦਿਓ, ਪ੍ਰੋਕਿਓਰਮੈਂਟ ਵਾਲੀ ਲਾਈਨ ਹੈ ਜਿਹੜੀ, ਉਹ ਤੁਸੀਂ ਪਹਿਲਾਂ ਪ੍ਰੋਕਿਓਰਮੈਂਟ ਦੀ ਗੱਲ ਤੁਸੀਂ ਵੀ ਨਹੀਂ ਕਰਦੇ ਪਏ ਸੀ, ਤੁਸੀਂ ਹੁਣ ਪ੍ਰੋਕਿਓਰਮੈਂਟ ਵਾਲੀ ਗੱਲ ਕੀਤੀ ਹੈ ਕਿ ਅਸੀਂ ਉਸ ਦੇ ਬਾਰੇ ਕੇਂਦਰ ਸਰਕਾਰ ਕੋਲ ਮੁੱਦਾ ਚੁੱਕਾਂਗੇ। ਦੇਖੋ, ਮੇਰੀ ਇੱਕ ਬੇਨਤੀ ਹੈ KP ਜੀ, ਪ੍ਰੋਕਿਓਰਮੈਂਟ ਦੇ ਬਾਰੇ 'ਚ ਮੈਂ ਗੱਲ ਕਰਦੇ ਹਾਂ, ਪ੍ਰੋਕਿਓਰਮੈਂਟ ਟੋਟਲੀ ਪਿਓਰਲੀ ਕੈਬਨਿਟ ਦਾ ਫੈਸਲਾ ਹੈ, ਨਾ ਉਹ ਕਦੇ ਪਹਿਲਾਂ ਕਿਸੇ ਕਾਨੂੰਨ ਦਾ ਹਿੱਸਾ ਹੈ, ਨਾ ਉਹ ਅੱਜ ਕਿਸੇ ਕਾਨੂੰਨ ਦਾ ਹਿੱਸਾ ਹੈ। ਜੇ ਕਦੇ ਵੀ ਕੋਈ ਸਰਕਾਰ ਉਹਨੂੰ ਬੰਦ ਕਰਨਾ ਚਾਹੇ, ਉਹਨੂੰ ਕਿਸੇ ਆਰਡੀਨੈਂਸ ਦੀ ਲੋੜ ਨਹੀਂ। ਪਹਿਲੀ ਗੱਲ ਤਾਂ ਮੈਂ ਇੱਕ ਕਲੀਅਰ ਕਰਦਿਆਂ, ਜਿਹੜਾ ਭੁਲੇਖਾ ਹੁਣ ਪਾਇਆ ਜਾ ਰਿਹਾ ਵੀ ਆਹ ਲਾਈਨ ਪਾ ਦਿੰਦੇ, ਜੇ ਤਾਂ ਪਹਿਲਾਂ ਲਾਈਨਾਂ ਨਾਲ ਪਿਆ ਹੋਵੇ ਤੇ ਹੁਣ ਕੋਈ ਨਵੀਆਂ ਲਾਈਨਾਂ ਪੈ ਗਈਆਂ, ਹੁਣ ਫਿਰ ਤਾਂ ਹੋਵੇ ਸਰਕਾਰ ਦੀ ਮਨਸ਼ਾ ਤੇ ਚੱਲੀਏ ਕਿ ਪ੍ਰੋਕਿਓਰਮੈਂਟ ਕਦੇ ਵੀ ਖਤਮ ਕੀਤੀ ਜਾ ਸਕਦੀ। ਉਹ ਤਾਂ ਜੇ ਮੰਨ ਲਓ ਪਹਿਲਾਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੀ ਇੱਕ ਵੇਲੇ ਖਤਮ ਕਰਨ ਲੱਗੀ ਸੀ ਤੇ ਬਾਦਲ ਸਾਹਿਬ CMC ਜਾ ਕੇ ਬਹਿ ਗਏ ਸੀ ਤਾਂ ਉਦੋਂ ਵੀ ਰੋਕ ਲਿਆ ਸੀਗਾ। ਇਸ ਕਰਕੇ ਮੇਰੀ ਇੱਕ ਬੇਨਤੀ ਹੈ, ਮੇਰੀ ਗੱਲ ਪੂਰੀ ਹੋਣ ਦਿਓ, ਪਹਿਲੀ ਗੱਲ ਤਾਂ ਇਸ ਗੱਲ ਦੀ ਹੈਗੀ ਆ। ਦੂਜੀ ਮੈਂ ਬੇਨਤੀ ਇਸ ਗੱਲ ਦੀ ਕਰਦਿਆਂ, ਮੈਂ ਸਾਰੀਆਂ ਗੱਲਾਂ ਦਾ ਕੱਲੀਆਂ ਦਾ ਜਵਾਬ ਦਿਉਂ ਕਿਉਂਕਿ ਗਲਤ ਫਹਿਮੀ 'ਚ ਕੋਈ ਨਾ ਰਹੇ। ਮਾਂਗੜ ਸਾਹਿਬ ਨੇ ਕਿਹਾ ਕਿ ਥਰੈਟ ਹੈ, ਥਰੈਟ ਤਾਂ ਮੇਰੇ ਵੀਰ ਤੈਨੂੰ ਤੇ ਮੈਨੂੰ ਭਰਾ ਨੂੰ ਕਰੋਨਾ ਨੂੰ ਵੀ ਹੈਗੀ ਆ, ਕੀ ਪਤਾ ਕੱਲ੍ਹ ਜਿਉਂਦੇ ਰਹਿਣਾ ਕਿ ਨਹੀਂ ਰਹਿਣਾ। ਗੱਲ ਤਾਂ ਇਹ ਤਾਂ ਇੱਕ ਹਾਈਪੋਥੈਟੀਕਲੀ ਗੱਲ ਹੈ। ਮੈਂ ਇੱਕ ਗੱਲ ਕਹਿਣਾ ਕਿ ਜਿੰਨੀਆਂ ਗੱਲਾਂ ਤੁਹਾਡੇ 17 ਵਾਲੇ ਆਰਡੀਨੈਂਸ 'ਚ ਜਾਂ ਐਕਟ 'ਚ ਹੈਗੀਆਂ, ਉਹ ਤੋਂ ਇੱਕ ਵੀ ਅੱਗੇ ਪਿੱਛੇ ਨਹੀਂ ਹੈ। ਪਹਿਲਾਂ ਤਾਂ ਪੜ੍ਹ ਲਿਓ ਸਾਰੀਆਂ, ਮੈਂ ਸਾਰੇ ਦੇ ਸਾਰੇ ਜੀ ਨੂੰ ਕਹੂੰ, ਮੈਂ ਤਾਂ ਬੇਨਤੀ ਕਰੂੰਗਾ ਮੈਂ KP ਜੀ, ਇੱਕ ਮਿੰਟ ਵਿੱਚ ਨਾ ਬੋਲ ਭਰਾ, ਮੈਂ ਕਿਸੇ ਨੂੰ ਨਹੀਂ ਟੋਕਿਆ, ਗੱਲ ਦਾ ਸਵਾਦ ਹੀ ਅੱਧਾ ਰਹਿ ਜਾਂਦਾ ਜਦੋਂ ਆਪਾਂ ਰੌਲਾ ਪਾਉਣ ਲੱਗ ਜਾਂਦੇ, ਅਨਪੜ੍ਹ ਲੱਗਦੇ ਹਾਂ ਆਪਾਂ। ਮਤਲਬ ਜਿਵੇਂ ਨੋਟੀਫਿਕੇਸ਼ਨ ਤੁਸੀਂ ਸੈਂਟਰ ਵਾਲਾ ਲਾਇਆ, ਮੇਰੀ ਇਹ ਬੇਨਤੀ ਹੈ, ਮੈਂ ਤੁਹਾਨੂੰ ਕਾਪੀਆਂ ਦੇ ਦੂੰ, ਦੂਜੇ ਪਾਸੇ ਉਹ ਵੀ ਲਾਉਣਾ ਚਾਹੀਦਾ। ਦੂਜੀ ਬੇਨਤੀ, ਇਹਨਾਂ ਨੇ ਕਿਹਾ ਕਿ ਕੇਂਦਰ ਦੇ ਮੰਤਰੀਆਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ। ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਕੈਪਟਨ ਸਾਹਿਬ ਨੂੰ 5 ਮਿੰਟ ਇਸੇ ਗੱਲ 'ਤੇ ਉਡਾਈ ਰੱਖਿਆ ਕਿ ਤੁਸੀਂ ਮੇਰਾ ਨੋਟੀਫਿਕੇਸ਼ਨ ਕਿਉਂ ਕੀਤਾ ਜੇ ਇਹ ਗਲਤ ਹੈ, ਤਾਂ ਉਹ ਕਹਿੰਦੇ ਅਸੀਂ ਜਿਹੜਾ ਕਰਨਾ ਸੀ ਕਰਤਾ, ਮਤਲਬ ਕੋਈ ਜਵਾਬ ਨਹੀਂ ਆਇਆ ਗਾ। ਦੂਜੀ ਗੱਲ ਆ ਗਈ ਸੂਬੇ ਦੇ ਅਧਿਕਾਰਾਂ ਦੀ ਗੱਲ, ਹੁਣ ਮੈਂ ਇੱਕ ਬੇਨਤੀ ਕਰਦਿਆਂ ਸਾਹ ਗਿਆਨ ਸਿੰਘ ਜੀ ਨੂੰ ਬੇਨਤੀ ਕਰਾਂ, ਸਾਰੇ ਪੜ੍ਹੇ ਲਿਖੇ ਬੰਦੇ ਸੁਣਦੇ ਆ, ਜਦੋਂ ਕੇਂਦਰ ਸਰਕਾਰ ਸਾਰਾ ਅੰਨ ਖਰੀਦਦਾ ਤੇ ਉੱਥੋਂ ਤੱਕ ਦਖਲ ਅੰਦਾਜ਼ੀ ਤਾਂ ਕੇਂਦਰ ਦੀ ਪਹਿਲਾਂ ਵੀ ਹੈਗੀ ਹੈ, ਤੇ PMC ਐਕਟ ਜਿਹੜਾ ਮੰਡੀਆਂ ਨੂੰ ਖਤਮ ਕਰਨ ਵਾਲਾ ਉਹਨੂੰ ਛੇੜਿਆ ਨਹੀਂ, ਉਲਟਾ ਸੈਂਟਰ ਨੇ ਪ੍ਰੋਟੈਕਟ ਕਰਤਾ। ਜਿੰਨੀਆਂ ਮੰਡੀਆਂ ਅੱਜ ਹੈਗੀਆਂ ਤੇ ਜਿੰਨੀਆਂ ਤੁਸੀਂ ਗਾਂਹ ਬਣਾਓਗੇ, ਸਾਰੀਆਂ ਦੇ ਵਿੱਚ ਕਣਕ ਝੋਨੇ ਦੀ ਪਰਚੇਜ਼ ਸਰਕਾਰੀ ਤੌਰ ਤੇ ਕੀਤੀ ਜਾਊ ਔਰ ਪ੍ਰੋਟੈਕਟ ਰਹਿਣਗੀਆਂ, ਉਹਦੇ 'ਚ ਕੋਈ ਸਿੱਧਾ ਦਖਲ ਨਹੀਂ ਹੈ। ਔਰ ਤੀਜੀ ਚੌਥੀ ਗੱਲ ਜਿਹੜੀ ਹੈਗੀ ਹੈ, ਜਿਵੇਂ ਇਹਨਾਂ ਨੇ MSP ਦੀਆਂ ਕੀਤਾ ਕਿ 23 ਫਸਲਾਂ 'ਤੇ ਹੈ, ਮੈਂ ਇੱਕ ਬੇਨਤੀ ਕਰਦਿਆਂ, ਪੰਜਾਬ ਸਰਕਾਰ ਨਕੰਮੀ ਅਤੇ ਸੁੱਤੀ ਪਈ ਹੈ। ਸਾਡੇ ਗੁਆਂਢ 'ਚ ਹਰਿਆਣਾ ਹੈ, ਸਾਹ ਗਿਆਨ ਸਿੰਘ ਜੀ ਤੁਸੀਂ ਵੀ ਪਤਾ ਕਰਿਓ, ਮੱਕੀ ਜਿਹੜੀ ਹੈ ਸਰਕਾਰ ਨੇ ਖਰੀਦੀ ਹੈ,
जिन्ना गैप सीगा उन्हें केंद्र सरकार तो लै रहा है। साड़ी सरकार सुती पई है, किसानों की लुट हो रही है, उदा बर्च बकाया जड़ा बिल लेना वो केंद्र सरकार तो लै नहीं रही। और तीजी गल जी जखीरेबाजी वधूगी, ये दो पासे है। पहला साढ़े को फसल वध हो जाती सी ते प्राइवेट खरीदने वाला कोई नहीं हुंदा सी, तां उन्हां कोले स्टोर भी नहीं कर सकते ते साडी रुलदी सी। अज इह हो सकदा कि जिहड़ी वध फसल होई है घट्टो घट्ट कोई खरीदने वाला होगा, जदों लोड़ दा समां होगा उदों वेच भी सकूगा। इहदे ते ठीक है कि जिहड़ी परसेंटेज जिहड़ी हैगी है लाभ दी, इहदे ते भी सरकार नूं कोई कंट्रोल दा हैगा कि नहीं हैगा विच रखणा। मैं इस सवाल लै के आऊंगा। हां मिस्टर मांगट, की इतराज है तुहाडा? एपी जी, पहली गल ते थोड़ा जिहा मिसगाइड कर रहे आ बराड़ साहब। जिहड़ा साडा एपीएमसी एक्ट सीगा उहदे विच कोई भी जे प्राइवेट बंदा खरीद करना चाहुंदा सीगा उहनूं लाइसेंस लैणा पैंदा सी, उहदी वचनबद्धता सीगी। ऐदां नहीं भी कोई भी, और वह प्राइवेट मंडी तो भी कर सकदा सीगा ते सरकारी मंडी तो भी कर सकदा सीगा। वेरे जिहड़ा नवां एक्ट है इहदे विच सिर्फ एक बंदा पैन कार्ड होवे उह कर सकदा है। दूजी गल, बराड़ साहब कह रहे गलत कह रहे हो, लाइसेंस लैणा पैणा है ਹਰੇਕ ਬੰਦੇ ਨੂੰ ਇੱਕ ਦੇਸ਼ ਦੇ ਵਿੱਚ ਕਿਤੋਂ ਵੀ ਲਾਇਸੈਂਸ ਇੱਕ ਲੈਣਾ ਪੈਣਾ। ਇੱਕ ਮਿੰਟ ਆਪਾਂ ਸੁਣ ਲਈਏ ਉਹਨਾਂ ਪੁਆਇੰਟ ਲੈ ਲਈਏ। ਬਰਾੜ ਸਾਹਿਬ, ਆਰਡੀਨੈਂਸ ਪੜ ਲਓ ਚੰਗੀ ਤਰ੍ਹਾਂ ਪਲੀਜ਼। ਮਿਸਟਰ ਮਾਂਗਟ, ਆਪਣੀ ਗੱਲ ਪੂਰੀ ਕਰੋ, ਤੁਸੀਂ ਗੱਲ ਪੂਰੀ ਕਰੋ। ਫਿਰ ਉਸ ਤੋਂ ਬਾਅਦ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਜਿਹੜਾ ਸਾਡਾ ਕੋਆਪਰੇਟਿਵ ਸਟਰਕਚਰ ਹੈਗਾ ਮੰਡੀ ਬੋਰਡ ਜਾਂ ਹੋਰ, ਜਦੋਂ ਇੱਕ ਮੰਡੀ ਫੀਸ ਹੈ ਜੇ ਉਹ ਇੱਕ ਸਾਡੀ ਰੈਵਨਿਊ ਸੋਰਸ ਆਫ ਰੈਵਨਿਊ ਹੈਗੀ ਹੈ, ਜਾਂ ਤੁਸੀਂ ਸਾਰਾ ਕੁਛ ਬਾਤ ਕਰਤਾ, ਤੁਸੀਂ ਕਹਿਤਾ ਕੋਈ ਮੰਡੀ ਫੀਸ ਨਹੀਂ ਲੱਗਦੀ, ਕੋਈ ਕੁਛ ਨਹੀਂ ਲੱਗਣਾ ਹੈਗਾ, ਤੇ ਉਹ ਸਾਡਾ ਜਿਹੜਾ ਕੋਆਪਰੇਟਿਵ ਦਾ ਇੱਕ ਰੈਵਨਿਊ ਸਟਰਕਚਰ ਹੈਗਾ ਉਹ ਸਾਰਾ ਢਾਂਚਾ ਵਿਗੜ ਜੂਗਾ। ਬਰਾੜ ਸਾਹਿਬ ਦੀ ਭਾਈਵਾਲ ਕੰਪਨੀ ਦਾ ਵਾਸ ਥੱਲੇ, ਇਹ ਤਾਂ ਜੇ ਸ਼ਹਿਰੋਂ ਪਿੰਡ ਨੂੰ ਜਾਣਾ ਹੋਵੇ ਉਹਦੇ ਤੇ ਵੀ ਟੋਲ ਲਾ ਦੇਣ, ਤੇ ਫਿਰ ਉਹ ਸੜਕਾਂ ਕੌਣ ਬਣਾਊਗਾ? ਇਹਦਾ ਮਤਲਬ ਤੁਸੀਂ ਸੜਕਾਂ ਨੂੰ ਠੀਕ ਨਹੀਂ ਸਮਝਦੇ ਪੰਜਾਬ ਦੀਆਂ ਨੂੰ ਬਣੀਆਂ ਨੂੰ, ਤੁਸੀਂ ਆਪ ਕੁਛ ਕਰਨਾ ਨਹੀਂ ਦੂਜਿਆਂ ਦੀਆਂ ਤੇ ਕਰਨ, ਤੁਸੀਂ ਠੀਕ ਨਹੀਂ ਸਮਝਦੇ। ਅਸੀਂ ਤਾਂ ਕਹਿ ਰਹੇ ਪਰ ਉਹ ਟੁੱਟ ਉਹਦੀ ਟੁੱਟ ਭੱਜ ਗਈ ਮੇਰਾ। ਚਲੋ ਮੈਂ ਦੋ ਚੀਜ਼ਾਂ ਜੀ ਆਪਾਂ ਕੰਮ ਦੀ ਗੱਲ ਕਰੀਏ, ਦੋਨਾਂ ਪਾਰਟੀਆਂ ਥੋੜਾ ਕਲੀਅਰ ਕਰਦਾ। ਪੰਜਾਬ ਦੀ ਸੜਕਾਂ ਤੇ ਜਾ ਕੇ ਦੇਖਿਓ ਪੰਜਾਬ ਦੀ ਸੜਕਾਂ ਦਾ ਹਾਲ ਕੀ ਹੈ, ਹਾਈਵੇ ਤੋਂ ਥੱਲੇ ਵੀ ਉਤਰ ਯੋਗਦੇ। ਇੱਕ ਛੋਟਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਆ ਰਿਹਾ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਵਾਲ ਕਿਸਾਨਾਂ ਦਾ ਹੋਵੇਗਾ, ਟਰੈਕਟਰਾਂ 'ਤੇ ਜਾਂਦੇ ਕਿਸਾਨ ਕਿੰਨੀ ਦੂਰ ਤੱਕ ਜਾ ਸਕਣਗੇ? ਉਹ ਕਹਿੰਦੇ ਅਸੀਂ ਦਿੱਲੀ ਘੇਰਨੀ ਆ, ਇੱਕ ਦੌਰ ਇਹੋ ਜਿਹਾ ਵੀ ਸੀਗਾ ਸੂਬਾ ਸਰਕਾਰ ਨੇ ਉਹਨਾਂ ਨੂੰ ਚੀਮਾ ਮੰਡੀ ਰੋਕ ਦਿੱਤਾ ਸੀਗਾ, ਹੁਣ ਟਰੈਕਟਰਾਂ 'ਤੇ ਕਿਸਾਨ ਕਿੰਨੀ ਦੂਰ ਜਾਣਗੇ? ਕਿਉਂਕਿ ਕਰੋਨਾ ਕਾਲ ਦੇ ਵਿਚਾਲੇ ਜਿਹੜੇ ਐਕਟ ਲੱਗੇ ਹੋਏ ਆ ਉਸ ਐਕਟ ਦੇ ਵਿਚਾਲੇ ਜਦੋਂ ਆਰਡੀਨੈਂਸ ਦੇ ਨੋਟੀਫਿਕੇਸ਼ਨ ਉਹਨਾਂ ਦੇ ਸਾਹਮਣੇ ਆਉਣਗੇ, ਉਹਨਾਂ ਦਾ ਰੋਸ ਆ ਜਿਹੜਾ ਉਸ ਦੀ ਅਗਵਾਈ ਕੌਣ ਕਰੇਗਾ? ਰੋਸ ਹੈ ਉਹ ਕਿੱਥੋਂ ਤੱਕ ਜਾਵੇਗਾ? ਜਾਂ ਸਿਰਫ ਸਿਆਸਤ ਵਰਚੁਅਲ ਹੋਈ ਹੋਵੇਗੀ, ਜਿਹੜੀ ਕਹਿੰਦੀ ਹੈ ਸਿਆਸਤ ਅਪੀਲ ਕਰਦੀ ਹੈ ਕਿ ਤੁਸੀਂ ਧਰਨਾ ਪ੍ਰਦਰਸ਼ਨ ਨਾ ਕਰੋ, ਪਰ ਕਿਸਾਨ ਸੁਣਦੇ ਨਹੀਂ ਪਏਗੇ। ਕਿਸਾਨ ਕਿਉਂ ਨਹੀਂ ਸੁਣਦੇ ਪਏ ਸਵਾਲ ਕਿਸਾਨਾਂ ਦਾ, ਮੇਰੇ ਤੋਂ ਵਾਪਸ ਆ ਰਿਹਾ। ਖੇਤੀ ਆਰਡੀਨੈਂਸ 'ਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਸਿਆਸਤਦਾਨਾਂ ਅਤੇ ਕਿਸਾਨਾਂ ਕੋਲ ਕਿਹੜਾ ਰਾਹ? ਡਾਕਟਰ ਗਿਆਨ ਸਿੰਘ, ਸਿਆਸਤ ਦੀ ਤਾਂ ਤੁਹਾਨੂੰ ਸਮਝ ਆ ਗਈ ਹੈ ਕਿ ਸਿਆਸਤਦਾਨਾਂ ਕੋਲ ਕਿਹੜਾ ਰਾਹ ਬਾਕੀ ਹੈਗਾ, ਕਿਸਾਨਾਂ ਕੋਲ ਸਰ ਕੋਈ ਰਾਹ ਬਾਕੀ ਹੈਗਾ? ਟਰੈਕਟਰ ਉਹ ਕਿੱਥੋਂ ਤੱਕ ਲੈ ਜਾਣਗੇ? ਡਾਕਟਰ ਗਿਆਨ ਸਿੰਘ, ਦੇਖੋ ਉਹ ਰਾਹ ਬਾਰੇ ਮੈਂ ਗੱਲ ਕਰਦਾ, ਜਿਹੜਾ ਇੱਕ ਚਰਨਜੀਤ ਬਰਾੜ ਉਹਨਾਂ ਨੇ ਕਿਹਾ APMC ਐਕਟ ਬਾਰੇ, ਉਹ APMC ਐਕਟ ਦਾ ਵੀ ਰਹੂਗਾ, APMC ਵੀ ਰਹੂਗੀ, ਪਰ ਜਦ ਉਹਦੇ ਨਾਲ ਬਾਹਰ ਬੇਲਗਾਮ ਮੰਡੀ ਕਰਤੀ, ਬੇਲਗਾਮ ਮੰਡੀ 'ਚ ਕਮਿਸ਼ਨ 185 ਰੁਪਏ ਬਣਦਾ, ਉਹ ਜੋ 85 ਰੁਪਏ ਜਾਂ 100 ਰੁਪਏ ਵੱਧ ਦੇਤਾ, ਇੱਕ ਵਾਰੀ ਕਿਸਾਨ ਉੱਧਰ ਆਉਣਗੇ ਫਿਰ ਸ਼ਾਂਤਾ ਕੁਮਾਰ ਵਾਲੀ ਰਿਕਮੈਂਡੇਸ਼ਨ ਆਪਣੇ ਆਪ ਕਰੀਪ ਇਨ ਕਰ ਜੂਗੀ। ਸ਼ਾਂਤਾ ਕੁਮਾਰ ਵਾਲੀ ਰਿਕਮੈਂਡੇਸ਼ਨ ਕਰੀਪ ਇਨ ਕੀਤੀ, MSP ਮੀਨਿੰਗਲੈਸ, FCI ਡਿਸਮੰਡਲਿੰਗ, ਹੈਂਜੀ ਇਹ ਉੱਧਰ ਹੋਊਗੀ। ਹੁਣ ਜਿਹੜੀ ਗੱਲ ਤੁਸੀਂ ਕਿਸਾਨਾਂ ਦੀ ਕੀਤੀ ਹੈ, ਮੈਨੂੰ ਲੱਗਦਾ ਕਿ ਕਰੋਨਾ ਮਹਾਂਮਾਰੀ ਨੇ ਸਾਨੂੰ ਸਾਰੇ ਲੋਕਾਂ ਨੂੰ ਇਹ ਸਿੱਧ ਕਰਤਾ ਕਿ ਮਨੁੱਖਤਾ ਦਾ ਕਾਰਾਂ ਕੋਠੀਆਂ ਮਹਿਲਾਂ ਹਵਾਈ ਜਹਾਜ਼ਾਂ ਫੋਨਾਂ ਬਿਨਾਂ ਸਰ ਜੂਗਾ, ਪਰ ਰੋਟੀ ਬਿਨਾਂ ਨਹੀਂ ਸਰਨਾ। ਰੋਟੀ ਸਾਨੂੰ ਖੇਤੀਬਾੜੀ ਤੋਂ ਮਿਲਣੀ ਹੈ, ਜੇ ਮਨੁੱਖਤਾ ਦੀ ਜੀਵਨ ਰੇਖਾ ਚੱਲਦੀ ਰੱਖਣੀ ਹੈ ਤਾਂ ਸਾਨੂੰ ਰੋਟੀ ਵਾਲੇ ਪੈਦਾ ਕਰਨ ਵਾਲਿਆਂ ਨੂੰ ਸੁਖੀ ਰੱਖਣਾ ਪਊਗਾ। ਜਿਹੜਾ ਕੁਛ ਹੁਣ 1991 ਤੋਂ ਲੈ ਕੇ ਲਗਾਤਾਰ ਹੋ ਰਿਹਾ ਤੇ ਹੁਣ ਬੁਲਡੋਜ਼ਰ ਤੇਜ਼ੀ ਨਾਲ ਫਿਰ ਰਿਹਾ, ਇਹਦੇ ਨਾਲ ਅਸੀਂ ਰੋਟੀ ਨੂੰ ਤਰਸਾਂਗੇ, ਸਾਨੂੰ ਰੋਟੀ ਕਿਸੇ ਨੇ ਦੇਣੀ ਨਹੀਂ ਹੈਗੀ। ਇਸ ਲਈ ਜਿਹੜੇ ਬੰਦੇ ਜਥੇਬੰਦੀਆਂ ਲੱਗਦੀਆਂ ਨੇ, ਸੰਘਰਸ਼ ਕਰਦੀਆਂ ਨੇ, ਮੈਨੂੰ ਤੇ ਲੱਗਦਾ ਸੰਘਰਸ਼ ਤੋਂ ਬਿਨਾਂ ਦੂਜਾ ਰਾਹ ਨਹੀਂ, ਪਰ ਸੰਘਰਸ਼ ਲੋਕਤੰਤਰਕ ਅਤੇ ਸ਼ਾਂਤਮਈ ਢੰਗ ਨਾਲ ਆਉਣਾ ਚਾਹੀਦਾ। ਜਿਵੇਂ ਕਿਸਾਨਾਂ ਦਾ ਲੌਂਗ ਮਾਰਚ ਸੀ ਇਹ ਨਾਸਿਕ ਤੋਂ ਲੈ ਕੇ ਮੁੰਬਈ ਤੱਕ, ਉੱਥੇ ਮੀਡੀਆ ਨੇ ਵੀ ਐਪਰੀਸ਼ੀਏਟ ਕੀਤਾ ਸੀ, ਲੋਕਾਂ ਨੇ ਵੀ ਐਪਰੀਸ਼ੀਏਟ ਕੀਤਾ ਸੀ, ਲੋਕਾਂ ਨੇ ਕਿਸਾਨਾਂ ਦੇ ਪੈਰਾਂ ਥੱਲੇ ਆਪਦਾ ਸਿਰ ਲਾਇਆ ਸੀ ਤੇ ਉਹਦੇ ਪੱਟੀਆਂ ਕੀਤੀਆਂ ਸੀ ਤੇ ਉਹਦੇ ਹੱਕ 'ਚ ਬੋਲੇ ਸੀ।
ਤੇ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਛੋਟੇ ਪਿੰਡ ਕਾਰੀਗਰਾਂ ਨੂੰ ਸੰਘਰਸ਼ ਕਰਨਾ ਚਾਹੀਦਾ ਪਰ ਕਰਨਾ ਉਸ ਢੰਗ ਨਾਲ ਚਾਹੀਦਾ ਹੈ ਕਿ ਉਹ ਲੋਕਤੰਤਰ ਕੋਵੇ ਤੇ ਸ਼ਾਂਤਮਈ ਸਰ ਕਿਸਾਨਾਂ ਦੀ ਕਿਹੜਾ ਇੱਕ ਮੰਗ ਹੈ ਜੀ ਉਹ ਕਹਿੰਦੇ ਵੀ ਅੱਜ ਪੈਟਰੋਲ ਡੀਜ਼ਲ ਦੇ ਭਾਅ ਵਧਾਤੇ ਆ ਉਹਨਾਂ ਨੂੰ ਵੀ ਕੰਟਰੋਲ ਕਰੋ ਤੁਸੀਂ ਇਸ ਆਡੀਅੰਸ ਦੀ ਵੀ ਉਹ ਗੱਲ ਕਰਦੇ ਆ ਸਰ ਪੰਜਾਬ ਹਰਿਆਣਾ ਦੇ ਵਿੱਚ ਜ਼ਿਆਦਾ ਰੋਲਾ ਪੈ ਰਿਹਾ ਬਾਕੀ ਦੇਸ਼ ਦੇ ਵਿੱਚ ਰੋਲਾ ਹੈ ਇਹ ਦੇਖੋ ਕੇਪੀ ਜੀ ਗੱਲ ਇਹ ਹੈਗੀ ਕਿਸਾਨ ਕੀ ਮੰਗ ਕਰਦੇ ਨੇ ਇਹ ਨਿਤਿਨ ਗਡਕਰੀ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਖੇਤੀਬਾੜੀ ਜਿਣਸਾਂ ਨੇ ਇਹਦੀਆਂ ਸਾਡੀਆਂ ਡੋਮੈਸਟਿਕ ਤੇ ਇੰਟਰਨੈਸ਼ਨਲ ਪ੍ਰਾਈਸਿਸ ਘੱਟ ਨੇ ਇੰਟਰਨੈਸ਼ਨਲ ਪ੍ਰਾਈਸਿਸ ਇਸ ਲਈ ਘੱਟ ਹੈ ਕਿ ਇੰਡੀਅਨ ਇੱਕ ਇੰਡੀਅਨ ਫਾਰਮਰ ਨੂੰ $370 ਡਾਲਰ ਅਮੈਰੀਕਨ ਡਾਲਰ ਸਬਸਿਡੀ ਮਿਲਦੀ ਹੈ ਅਮੈਰੀਕਨ ਫਾਰਮਰ ਨੂੰ $59,000 ਡਾਲਰ ਮਿਲਦੀ ਹੈ ਉਹ ECD ਕੰਟਰੀ 'ਚ $22,000 ਤੋਂ $25,000 ਡਾਲਰ ਸਬਸਿਡੀ ਮਿਲਦੀ ਹੈ ਅਤੇ ਨੈਚੁਰਲੀ ਉਹਦੀਆਂ ਪ੍ਰਾਈਸਿਸ ਸਾਡੇ ਨਾਲੋਂ ਘੱਟ ਹੋਣਗੀਆਂ ਇੱਥੇ ਜਦ MSP ਦਾ 1850 ਫਿਕਸ ਕੀਤੀ ਹੋਈ ਹੈ ਉਹ ਵਿਕ ਰਹੀ ਹੈ 600 ਤੋਂ 800 ਨੂੰ ਆਪਣੇ ਆਪ ਡੋਮੈਸਟਿਕ ਪ੍ਰਾਈਸਿਸ ਘੱਟ ਹੋਣਗੀਆਂ ਇਸ ਲਈ ਜਿਹੜੀ ਹਾਂਜੀ 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 ਬੋਲੋ 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 ਗੱਲ ਪੂਰੀ ਕਰੋ ਆਪਣੀ ਇਹ ਇਸ ਲਈ ਜਦੋਂ ਇਸ ਤਰ੍ਹਾਂ ਦਾ ਇਹ ਖਲਜਗਣ ਪਾਇਆ ਜਾਊਗਾ ਉਹਦੇ ਨਾਲ ਕਿਸਾਨ ਕਿੱਥੋਂ ਜਿਉਂਦਾ ਰਹੂਗਾ ਕਿਸਾਨ ਕਿੱਥੋਂ ਰੋਟੀ ਦੇਊਗਾ ਇਸ ਲਈ ਜੇ ਰੋਟੀ ਲੈਣੀ ਹੈ ਤਾਂ ਸਾਨੂੰ ਖੇਤੀਬਾੜੀ ਖੇਤਰ ਪੱਖੀ ਕਿਸਾਨ ਪੱਖੀ ਅਤੇ ਉਹਦੇ ਆਰਥਿਕ ਪੌੜੀ ਦੇ ਥੱਲੇ ਵਾਲੇ ਦੋ ਡੰਡੇ ਖੇਤ ਮਜ਼ਦੂਰਾਂ ਦੇ ਪਿੰਡੂ ਕਾਰੀਗਰਾਂ ਬਾਰੇ ਇਮਾਨਦਾਰੀ ਨਾਲ ਸੋਚਣਾ ਪਊਗਾ ਜੀ ਠੀਕ ਹੈ ਗੁਰਮੀਤ ਮਾਂਗਟ ਮੈਂ ਤੁਹਾਡੀ ਸੈਂਟਰ ਲੀਡਰਸ਼ਿਪ ਬਾਰੇ ਪੁੱਛਿਆ ਸੀ ਸਵਾਲ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਜਤਾਇਆ ਚਿੱਠੀ ਤੱਕ ਵੀ ਲਿਖੀ ਹੈ ਸਰਵ ਪਾਰਟੀ ਬੈਠਕ ਵੀ ਸੱਦੀ ਹੈ ਤੁਸੀਂ ਮਿਸਟਰ ਮਾਂਗਟ ਇਹ ਨੋਟੀਫਿਕੇਸ਼ਨ ਤੋਂ ਬਾਅਦ ਤੁਹਾਡੀ ਗੌਰਮੈਂਟ ਵੱਲੋਂ ਸਰ ਕੋਈ ਸਟੇਟਮੈਂਟ ਹਜੇ ਤੀਕਰ ਮੈਂ ਨਹੀਂ ਪੜ੍ਹੇਗੀ ਕਿਉਂ ਨਹੀਂ ਕਿਉਂ ਕੈਪਟਨ ਸਾਹਿਬ ਨੇ ਦਿੱਤੀ ਹੈ ਜੀ ਸਟੇਟਮੈਂਟ ਹੁਣ ਸਰ ਕਰੋਗੇ ਕੀ ਤੁਸੀਂ ਸੈਸ਼ਨ ਸੱਦਣਾ ਕੀ ਕਰਨਾ ਮਤਾ ਪਾਉਣਾ ਕੀ ਕਹੋਗੇ ਤੁਸੀਂ ਕੇਪੀ ਜੀ ਦੇਖੋ ਕਿਸਾਨ ਤੁਹਾਡੇ ਵੱਲ ਦੇਖ ਰਹੇ ਪਏ ਸਰ ਕਿ ਕਿਸਾਨਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੀ ਹਮਾਇਤ ਵੀ ਹੁੰਦੀ ਹੈ ਜਥੇਬੰਦੀਆਂ ਦੇ ਆਗੂ ਤੁਹਾਡੇ ਕੁਛ ਤੁਹਾਡੀ ਪਾਰਟੀ 'ਚ ਬੈਠੇ ਹੋਏ ਆ ਕੁਛ ਇਹਨਾਂ ਦੀ ਪਾਰਟੀ 'ਚ ਬੈਠੇ ਹੋਏ ਆ ਉਹਨਾਂ ਨੂੰ ਤੁਸੀਂ ਹਮਾਇਤ ਕਰਾ ਕੇ ਸਰ ਪ੍ਰੋਟੈਸਟ ਕਰਾ ਲਓਗੇ ਸਰ ਤੁਸੀਂ ਉਹਨਾਂ ਲਈ ਕੀ ਕਰਦੇ ਪਏ ਹੋ ਉਹ ਤਾਂ ਤੁਹਾਡੇ ਲਈ ਪ੍ਰੋਟੈਸਟ ਕਰ ਦੇਣਗੇ ਕੇਪੀ ਜੀ ਦੇਖੋ ਗੱਲ ਇਹ ਹੈ ਵੀ ਜਦੋਂ ਅਸੀਂ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਉਹਦਾ ਇਹੀ ਅਰਥ ਹੈ ਕਿ ਅਸੀਂ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਹੁਣ ਜੇ ਬਰਾੜ ਸਾਹਿਬ ਨਾਲ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਵੀ ਜਿਹੜਾ AMPC ਐਕਟ ਹੈਗਾ ਆ ਉਹਦੇ ਅਧੀਨ 48 ਘੰਟਿਆਂ ਦੇ ਵਿੱਚ ਪੇਮੈਂਟ ਕਰਨੀ ਹੁੰਦੀ ਸੀ ਹੁਣ ਜੇ ਤੁਸੀਂ ਪਤਾ ਹੀ ਨਹੀਂ ਕੌਣ ਬਾਇਰ ਹੈਗਾ ਠੀਕ ਹੈ ਉਹਦੀ ਪੇਮੈਂਟ ਦੀ ਗਾਰੰਟੀ ਕੌਣ ਲਊਗਾ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਉਹ MSP ਬਾਏ ਡਿਫਾਲਟ ਹੀ ਆਊਟ ਆਫ ਸੀਨ ਹੋ ਜਾਣਾ ਆ ਲੋਕਾਂ ਦੇ ਪੇਮੈਂਟ ਨਹੀਂ ਹੋਣੀ ਆ ਕਿਸਾਨੀ ਦਾ ਬੁਰਾ ਹਾਲ ਹੋ ਜਾਣਾ ਔਰ ਇਹਨਾਂ ਨੇ ਉਦਾਹਰਣ ਦਿੱਤਾ ਸੀਗਾ ਵੀ ਹਰਿਆਣੇ ਦੀ ਮੰਡੀਆਂ ਦਾ ਹਰਿਆਣੇ ਦੇ ਵਿੱਚ ਸਰਕਾਰ ਨੇ ਇੰਸ਼ੋਰੈਂਸ ਕਰਾਤੀ ਕਿਹਾ ਕੁਛ ਹੋਰ ਇੱਕ ਰੁਪਈਆ ਵੀ ਕਿਸੇ ਕਿਸਾਨ ਨੂੰ ਫਸਲ ਡੈਮੇਜ ਦਾ ਮਿਲਿਆ ਨਹੀਂ ਕਿਸਾਨਾਂ ਨੂੰ ਘਾਟਾ ਹੀ ਹੋਇਆ ਆ ਔਰ ਮਸਲਾ ਕੱਲਾ ਪੇਮੈਂਟ ਦਾ ਨਹੀਂ ਹੈਗਾ ਮਸਲਾ ਇਹ ਹੈਗਾ MSP ਤੇ ਵਿਕੂਗਾ ਕਿ ਨਹੀਂ ਵਿਕੂਗਾ ਸਮਾਨ ਤਾਂ ਇਹ ਮਸਲਾ ਤਾਂ ਇਹ ਹੈ ਜਿਹੜੀ ਮੰਡੀ ਦੇ ਖੁੱਲ੍ਹੀ ਮੰਡੀ ਦੇ ਵਿੱਚ ਉਹ ਜਾਣਗੇ ਕਾਰਪੋਰੇਟ ਘਰਾਣਾ ਜੋ ਮਰਜ਼ੀ ਕਹਿ ਦੇ ਉਹ ਭਲਾ ਦੀ ਕਿਸਾਨ ਦੇ ਵਿਚਾਰੇ ਦੇ ਠੁੱਡਾ ਮਾਰੇ ਵੀ ਭਾਈ ਤੇਰੀ ਫਸਲ ਦੇ ਵਿੱਚ ਆਹ ਕਮੀ ਹੈਗੀ ਮੈਂ ਨਹੀਂ ਲੈਂਦਾ ਇਹ ਉਦੋਂ ਕੀ ਕਰ ਲਓਗੇ ਸਵਾਲ ਤਾਂ ਇਹ ਹੈ ਮਾਂਗੜ ਸਾਹਿਬ ਅਸੀਂ ਤਾਂ ਤਾਈਓ ਤਾਂ ਅਸੀਂ ਇਸ ਚੀਜ਼ ਨੂੰ ਅਪੋਜ਼ ਕਰ ਰਹੇ ਹਾਂ ਕੇਪੀ ਜੀ ਵਿਰੋਧ ਤਾਂ ਕੀਤੀ ਹੈ ਵੀ ਸਾਨੂੰ ਇਹ ਆਰਡੀਨੈਂਸ ਮਨਜ਼ੂਰ ਨਹੀਂ ਆਪਾਂ ਇੱਕ ਦੂਜੇ ਸਵਾਲਾਂ ਦੇ ਜਵਾਬ ਦਿੰਦੇ ਰਹਾਂਗੇ ਤੇ ਆਪਾਂ ਟਾਈਮ ਵੇਸਟ ਕਰਾਂਗੇ ਚੰਜੀ ਬੜਾ ਸਵਾਲ ਇਹ ਹੈਗਾ ਜੋ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਆਡੀਅੰਸ ਆ ਜਿਹੜੀ ਕਿਸਾਨ ਦੇ ਹੱਕ ਵਿੱਚ ਆ ਜੇ ਕਿਸਾਨ ਵਿਰੋਧੀ ਹੋਣਗੇ ਤਾਂ ਅਕਾਲੀ ਦਲ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਆਮ ਆਦਮੀ ਪਾਰਟੀ ਤੁਹਾਡੇ ਤੋਂ ਸਵਾਲ ਕਰਦੀ ਹੈ ਕੁਰਬਾਨੀ ਦਾ ਮਤਲਬ ਸਮਝ ਲਓ ਤੁਸੀਂ ਉਸ ਸਵਾਲ ਨੂੰ ਮੈਂ ਨਹੀਂ ਲੈ ਰਿਹਾ ਮੇਰਾ ਸਵਾਲ ਇਹ ਹੈ ਸਰ ਕਿ ਤੁਸੀਂ ਬਾਅਦ ਵਿੱਚ ਇਹ ਬਿਆਨ ਜਾਰੀ ਕਰਦੇ ਹੋ ਕਿ ਅਸੀਂ ਅਗਵਾਈ ਕਰਨ ਲਈ ਤਿਆਰ ਹਾਂ ਜੇ ਕਿਸਾਨ ਜਥੇਬੰਦੀਆਂ ਨੂੰ ਕੋਈ ਸ਼ੱਕ ਹੈਗਾ ਪਹਿਲਾਂ ਤੁਸੀਂ ਮਿਸਟਰ ਸਰਦਾਰ ਸਿੰਘ ਜੋੜ ਹਰਾਂ ਦੀ ਸਟੇਟਮੈਂਟ ਦੇ ਨਾਲ ਤੁਰੇ ਰਹੇ ਸੀਗੇ ਹੁਣ ਤੁਸੀਂ ਉਸ ਤੋਂ ਬਾਅਦ ਸਟੇਟਮੈਂਟ ਬਦਲੀ ਤਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਤੋਖਲਾ ਹੈ ਨਹੀਂ ਮੇਰੀ ਇੱਕ ਬੇਨਤੀ ਹੈ ਪਹਿਲੀ ਗੱਲ ਤੋਖਲਾ ਹੈ ਨਹੀਂ ਪਰ ਕਈ ਵਾਰੀ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ ਵੀ ਜੇ ਭਾਈ ਤੁਹਾਡਾ ਉਹਨਾਂ ਦੇ ਸਾਹਮਣੇ ਬੈਠ ਕੇ ਸ਼ੱਕ ਨਿਕਲਦਾ ਉਹ ਵੀ ਕੱਢ ਲਓ ਮੈਂ ਅਸੀਂ ਕੀ ਡਿਮਾਂਡ ਰੱਖੀ ਹੈ ਅਸੀਂ ਹੁਣ ਵੀ ਉਸੇ ਗਲਤੀ ਖੜੇ ਹਾਂ ਅਸੀਂ ਡਿਮਾਂਡ ਰੱਖੀ ਹੈ ਡਾਕਟਰ ਗਿਆਨ ਸਿੰਘ ਜੀ ਵਰਗੇ ਜਾਂ ਕਿਸਾਨ ਯੂਨੀਅਨ ਆ ਜਾਂ ਕੋਈ ਵੀ ਸਿਆਣਾ ਸ਼ਖਸ ਜਿਹੜਾ ਪੰਜਾਬ ਦੀ ਕਿਸਾਨੀ ਦੇ ਹਿੱਤ ਦੇ ਵਿੱਚ ਕੋਈ ਦੋ ਲਾਈਨਾਂ ਲਿਖ ਸਕਦਾ ਹੈ ਜਿਹੜਾ ਹਾਲੇ ਤੀਕ ਨੋਟੀਫਿਕੇਸ਼ਨ ਇਹ ਹੋਇਆ ਇਹਦੇ 'ਤੇ ਬਿੱਲ ਪਾਸ ਹੋਣ ਵੇਲੇ ਲੋਕ ਸਭਾ ਦੇ ਵਿੱਚ ਆਉਣਾ ਇਹਦੇ ਵਿੱਚ ਸਾਰੇ ਦੀ ਸਾਰੀਆਂ ਗੱਲਾਂ ਉੱਥੇ ਵੀ ਹੋਣੀਆਂ
जे कोई लोड़ है असीं कहने कि अमेंडमेंट कराई जा सकती है। एक गल हुण मैं डॉक्टर ज्ञान सिंह जी की गल नूं चुक लो, इन्हां ने गडकरी साहब का बयान कोड किया, मांगड़ साहब ने भी किया, जे आपां गडकरी साहब का बयान नूं ही चक लीए कि अंतरराष्ट्रीय पद्धर से झोने ते कणक की कीमत उल्टा घट दस रहे हैं, जिवें सब ने बयान किया, प्राइवेट बंदी मंडिया ने की लेना घाटे वाला सौदा करके, पहला मैं एक गल समझाओ। ये तो सरकार ही चकना पैना, और सरकार की मजबूरी की है ये भी मैं थोड़ा दस दिना, सरकार की चकन की मजबूरी है कि सारे देश के दे जी पीडीएस स्कीम सरकार की चलती है, 2 रुपए किलो कणक या 3 रुपए किलो चौल जे सारे देश के दे सरकार केंद्र की दिदी है, वो खरीदने के लिए यह बहुत कुछ चाहिए। तो दूजी गल उन्होंने इंश्योर सारी गल कि असी यह जी कणक झोना है ये चकेंगे ही चकेंगे। देखो किसान आलू भी उगा, किसान दूजिया अगले दिन सब्जियां भी उगा सकता, दूजा तीजा जे कोई ओपन मार्केट के फिर मैं एक गल कह दिया भी 14 8 2017 कैप्टन अमरिंदर सिंह की सरकार वाले नोटिफिकेशन का है, एस्टैबलिशमेंट ऑफ प्राइवेट यार्ड, ये 7C पार्ट है, 7E हैगा एस्टैबलिशमेंट ऑफ मार्केट यार्ड, ये भी हैगा प्राइवेट च, फिर हैगा परमिशन फॉर डायरैक्ट मार्केटिंग, ये भी 7G का पार्ट है, फिर अगे 7G का 1A पार्ट हैगा 10 नंबर से जाके, ये भी हैगा, चारे चीज़ां थोड़ी सरकार ने पाइया हुई हैं। साडा तो सवाल यह है भी जे गलत सी ਤਾਂ ਤੁਸੀਂ ਕਿਉਂ ਪਾਸ ਕੀਤਾ? ਸੈਂਟਰ ਵਾਲੇ ਤਾਂ ਕਹਿੰਦੇ ਪੰਜਾਬ ਨੇ ਪਹਿਲਾਂ ਕੀਤਾ ਸੀ, ਅਸੀਂ ਤੁਹਾਡੇ ਮਗਰ ਕਰਤਾ। ਤੁਸੀਂ ਇਹਦਾ ਵਿਰੋਧ ਤਾਂ ਨਹੀਂ ਕਰਦੇ ਜਿਹੜਾ ਪੰਜਾਬ ਸਰਕਾਰ, ਜਿਹੜਾ ਪੰਜਾਬ ਸਰਕਾਰ, ਮੈਂ ਕਹਿੰਦਾ ਇਹ ਪੰਜਾਬ ਦਾ ਵਿਰੋਧੀ ਹੈ ਹੀ ਨਹੀਂਗਾ, ਇਹ ਜਿਹੜਾ ਪੰਜਾਬ ਸਰਕਾਰ ਨੇ ਕੀਤਾ। ਮੈਂ ਉਹੀ ਬੇਨਤੀ ਕਰਦੇ ਹਾਂ ਜੀ, ਤੁਸੀਂ ਗੱਲ ਨਹੀਂ ਸਮਝਦੇ। 3 ਸਾਲਾਂ 'ਚ ਜਦੋਂ ਪੰਜਾਬ ਦਾ ਕਿਸਾਨ ਨਹੀਂ ਲੁੱਟਿਆ ਗਿਆ ਜਿਹੜਾ ਹੁਣ ਕਹਿੰਦੇ ਲੁੱਟਿਆ ਜਾਊਗਾ, ਜੇ ਇਹਨਾਂ ਦੇ ਨਾਲ ਨਹੀਂ ਲੁੱਟਿਆ ਗਿਆ ਤਾਂ ਕੇਂਦਰ ਦੇ ਨਾਲ ਕਿਵੇਂ ਲੁੱਟਿਆ ਜਾਊਗਾ? ਐਵੇਂ ਝੂਠ ਬੋਲ ਕੇ ਲੋਕਾਂ ਦਾ ਧਿਆਨ ਭੜਕਾਉਂਦੇ ਆ ਕਾਂਗਰਸ ਵਾਲੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਡਾਕਟਰ ਗਿਆਨ ਸਿੰਘ ਜੀ ਨੂੰ ਵੀ ਮੇਰੀ ਬੇਨਤੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਸ਼ੰਕੇਜਾਰ ਕੀਤੇ ਜਾਂਦੇ ਆ ਕਿ ਆਹ ਖਰੀਦ ਬੰਦ ਕਰਨਗੇ, ਉਹਦੀ ਲੋਕ ਸਭਾ ਦੀ ਫਲੋਰ ਦੇ ਵਿੱਚ ਅਸੀਂ ਇੰਸ਼ੋਰੈਂਸ ਲਵਾਂਗੇ, ਔਰ ਜੇ ਕੋਈ ਸੁਧਾਰ ਕਰਨ ਵਾਲਾ ਲਿਖ ਕੇ ਭੇਜੋ ਜੀ, ਅਸੀਂ ਆਪ ਨਾਲ ਖੜੇ ਹਾਂ ਕਰਾਵਾਂਗੇ। ਜੇ ਮਿਸਟਰ ਮੰਗੜੇ ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼, ਡਾਕਟਰ ਗਿਆਨ ਸਿੰਘ ਮਾੜਾ ਜਿਹਾ ਪੁਆਇੰਟ ਕਲੀਅਰ ਕਰ ਦਿਓ ਸਰ, ਸਟੇਟ ਗਵਰਨਮੈਂਟ ਨੇ ਜੋ ਕੀਤਾ ਤੇ ਜੋ ਸੈਂਟਰ ਦੇ ਆਰਡੀਨੈਂਸ ਹੈ, ਸਰ ਇਹ ਪੁਆਇੰਟ ਕਲੀਅਰ ਕਰ ਦਿਓ ਮਾੜਾ ਜਿਹਾ। ਕੀ ਦੁਆਰਾ ਬੋਲਿਓ? ਜਿਹੜਾ ਸਟੇਟ ਗਵਰਨਮੈਂਟ ਨੇ 14-8-2017 ਨੂੰ ਕੀਤਾ ਹੋਇਆ ਤੇ ਜਿਹੜਾ ਹੁਣ ਆਰਡੀਨੈਂਸ ਨੋਟੀਫਾਈ ਹੋਏ ਆ, ਇਹਨਾਂ ਵਿੱਚ ਫਰਕ ਕੀ ਹੈਗਾ ਸਰ? ਇਹ ਪੁਆਇੰਟ ਕਲੀਅਰ ਕਰ ਦਿਓ ਡਾਕਟਰ ਗਿਆਨ ਸਿੰਘ। ਦੇਖੋ ਮੈਂ ਜਿਹੜੀ ਗੱਲ ਸਮਝਦਾ ਕਿ 1991 ਤੋਂ ਬਾਅਦ ਲਗਾਤਾਰ ਕੇਂਦਰ ਜਿੰਨੀਆਂ ਸਰਕਾਰਾਂ ਆਈਆਂ ਤੇ ਬਹੁਤੀਆਂ ਸੂਬਾ ਸਰਕਾਰਾਂ ਉਹਨਾਂ ਦੀ ਧੌਣ ਥੱਲੇ ਉਹੀ ਕੁਛ ਕਰਦੀਆਂ ਰਹੀਆਂ ਨੇ, ਨਿਊ ਇਕਨੋਮਿਕ ਪਾਲਿਸੀਜ਼ ਉਹਨਾਂ ਨੂੰ ਇਕਨੋਮਿਕ ਰਿਫਾਰਮ ਤੇ ਲਾਗੂ ਕਰਦੇ ਰਹੇ ਨੇ। ਜਿਹੜੀ 2017 'ਚ ਹੋਇਆ ਉਹ ਪਾਰਸ਼ੀਅਲ ਸਟੈਪ ਸੀ ਜਿਹੜਾ ਹੋਇਆ, ਜਿੰਨਾ ਮੈਂ ਸਮਝਦਾ, ਮੈਂ ਕਹਿੰਦਾ ਉਹ ਵੀ ਕਿਸਾਨਾਂ ਦੇ ਵਿਰੁੱਧ ਸੀ, ਪਰ ਉਹ ਜਿਹੜਾ ਆਹ ਕੁਛ ਹੋ ਰਿਹਾ, ਇਹ ਵੱਡਾ ਬੁਲਡੋਜ਼ਰ ਫਿਰ ਰਿਹਾ, ਹੈਂਦੇ ਟੈਂਕ ਫਿਰ ਰਹੇ ਨੇ, ਉਹ ਨਹੀਂ ਸੀ ਹੈਗਾ ਜਿਹੜਾ ਕੁਛ ਹੁਣ ਹੋ ਰਿਹਾ ਹੈਗਾ। ਤੇ ਨਾਲ ਨਾਲ ਇੰਡੀਕੇਸ਼ਨਾਂ ਨੇ ਸ਼ਾਂਤਾ ਕੁਮਾਰ ਕਮੇਟੀ ਵਾਲੀਆਂ, ਨਿਤਿਨ ਗਡਕਰੀ ਵਾਲੀਆਂ, ਇਹ ਤੋਮਰ ਉਹਨਾਂ ਦੀਆਂ, ਉਹ ਡਰਾ ਰਹੀਆਂ ਨੇ ਤੇ ਉਹਨਾਂ ਦਾ ਨਿਵਾਰਨ ਆ ਜਿਹੜਾ ਉਹ ਇਹਨਾਂ ਨੂੰ ਵਾਪਸ ਲੈ ਕੇ ਹੀ ਹੋ ਸਕਦਾ, ਇਹਨਾਂ ਨੂੰ ਲਾਗੂ ਕਰਕੇ ਨਹੀਂ ਹੋ ਸਕਦਾ। ਠੀਕ ਹੈ ਸਰ, ਠੀਕ ਹੈ, ਇੱਕ ਛੋਟਾ ਹੋਰ ਬ੍ਰੇਕ ਲਊਂਗਾ, ਆਖਰੀ ਹਿੱਸੇ ਵਿੱਚ ਅਸੀਂ ਆਵਾਂਗੇ ਕਿ MSP ਮੀਨਿੰਗਲੈਸ ਹੋ ਜਾਵੇਗੀ ਇਹਨਾਂ ਆਰਡੀਨੈਂਸ ਨਾਲ, ਕਿ MSP ਦੇ ਲਈ ਕੋਈ ਹੋਰ ਕੰਮ ਕਰਨਾ ਬਾਕੀ ਹੈਗਾ? ਜਿਹੜਾ ਕੰਮ ਕਰਨਾ ਬਾਕੀ ਹੈਗਾ ਉਹ ਸਵਾਲ ਇਹਨਾਂ ਸਿਆਸਤਦਾਨਾਂ ਦੇ ਅੱਗੇ ਰੱਖੂੰਗਾ ਜ਼ਰੂਰ। ਬ੍ਰੇਕ ਤੋਂ ਵਾਪਸ ਆ ਰਿਹਾ, ਖੇਤੀ ਆਰਡੀਨੈਂਸ ਅਤੇ ਨੋਟੀਫਾਈ ਜਾਰੀ ਹੋਣ ਤੋਂ ਬਾਅਦ ਸਿਆਸਤਦਾਨਾਂ ਅਤੇ ਕਿਸਾਨਾਂ ਕੋਲ ਕਿਹੜਾ ਰਹਾ? ਡਾਕਟਰ ਗਿਆਨ ਸਿੰਘ ਇੱਕ ਪੁਆਇੰਟ ਪਹਿਲਾਂ ਕਲੀਅਰ ਕਰ ਦਿਓ, ਫਿਰ ਆਪਾਂ ਡਿਬੇਟ ਸਮਾਪਤੀ ਵੱਲ ਵੱਧ ਰਹੇ ਹਾਂ। ਡਾਕਟਰ ਗਿਆਨ ਸਿੰਘ, MSP ਕਿਸਾਨਾਂ ਲਈ ਕਾਨੂੰਨੀ ਅਧਿਕਾਰ ਬਣਾ ਦੇਣਾ ਚਾਹੀਦਾ? ਇਹ ਬਿਲਕੁਲ ਕਾਨੂੰਨੀ ਅਧਿਕਾਰ ਹੋਣਾ ਚਾਹੀਦਾ, MSP ਨਹੀਂ, ਰੈਮੂਨਰੇਟਿਵ ਪ੍ਰਾਈਸਿਸ ਪਾਲਿਸੀ ਹੈ ਜੀ, ਤੇ ਉਹਦੇ ਵਿੱਚ ਇਸ ਤਰ੍ਹਾਂ ਹੋਵੇ ਕਿ ਉਹਦੇ 'ਚ 4 ਪੈਸੇ ਕਿਸਾਨਾਂ ਨੂੰ ਆਉਣ, ਉਹਦੇ ਨਾਲ ਵੀ ਨਹੀਂ ਸਰਨਾ। ਸਾਨੂੰ ਤਾਂ ਕਿਸਾਨਾਂ ਦੀ ਮਿਨੀਮਮ ਇਨਕਮ ਅਸ਼ੋਰ ਕਰਾਉਣ ਦਾ ਅਧਿਕਾਰ ਦੇਣਾ ਚਾਹੀਦਾ, ਜਿਹਦੇ ਨਾਲ ਕਿਸਾਨ, ਖੇਤ ਮਜ਼ਦੂਰ ਤੇ ਪਿੰਡੂ ਕਾਰੀਗਰ ਆਪਦੀਆਂ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਪੂਰੀਆਂ ਕਰ ਸਕੇ। ਠੀਕ ਹੈ, ਮਿਸਟਰ ਮੰਗੜ, ਤੁਸੀਂ ਸਪੋਰਟ ਕਰਦੇ ਹੋ ਕਾਨੂੰਨੀ ਅਧਿਕਾਰ ਹੋਣਾ ਚਾਹੀਦਾ ਕਿਸਾਨਾਂ ਦਾ? ਇਹ ਬਿਲਕੁਲ ਹੋਣਾ ਚਾਹੀਦਾ KP ਜੀ, ਪਰ ਉਸ ਤੋਂ ਪਹਿਲਾਂ ਮੈਂ ਇੱਕ ਚਰਨਜੀਤ ਬਰਾੜ ਹੋਣਾ ਨੂੰ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਕੀ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ FCI ਹੈ ਉਹਦਾ ਬਜਟ 50% ਦੇ ਕਰੀਬ ਘੱਟ ਕੀਤਾ ਕਿ ਨਹੀਂ ਕੀਤਾ? ਇਹ ਤੁਸੀਂ ਇੰਟੈਂਸ਼ਨ ਸਮਝੋ ਮੋਦੀ ਸਰਕਾਰ ਦੀ। ਤੁਸੀਂ PDS ਸਿਸਟਮ ਦਾ ਵੇਰਵਾ ਦਿੱਤਾ ਬਰਾੜ ਸਾਹਿਬ, ਬਿਲਕੁਲ PDS ਸਿਸਟਮ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਲਿਆਂਦਾ ਸੀਗਾ, ਠੀਕ ਹੈ, ਜਿਹਨੂੰ ਤੁਸੀਂ ਪੰਜਾਬ 'ਚ ਆਪਣੇ ਨਾਂ ਤੇ ਸਾਡੀ ਨਕਲ ਮਾਰੀ ਸੀ ਜਨਾਬ ਉਹਨਾਂ ਨੇ ਸਾਡੀ ਨਕਲ। ਮਿਸਟਰ ਮੰਗੜ, ਮਿਸਟਰ ਮੰਗੜ, ਆਪਾਂ ਡਾਕਟਰ ਮਨਮੋਹਨ ਸਿੰਘ ਦਾ ਜ਼ਿਕਰ ਕਰਦੇ ਹਾਂ, ਮੰਗੜ ਸਾਹਿਬ ਸਵਾਲ ਵੀ ਲੈ ਲਓ ਸਰ, ਆਪਾਂ ਅਕਾਲੀ ਦਲ ਦੇ ਸਵਾਲਾਂ ਦਾ ਜਵਾਬ ਥੋੜ੍ਹੀ ਦੇਣੇ, ਇਕੱਲੇ ਮੇਰੇ ਸਵਾਲਾਂ ਦਾ ਜਵਾਬ ਵੀ ਦੇ ਦਿਓ ਸਰ। ਮੰਗੜ ਸਾਹਿਬ ਸਰ, ਇੱਕ ਮਿੰਟ ਸਰ ਸੁਣ ਲਓ ਸਰ ਸੁਣ ਲਓ ਮੰਗੜ ਸਾਹਿਬ ਇੱਕ ਮਿੰਟ ਸਰ ਸੁਣ ਲਓ ਸਰ ਸੁਣ ਲਓ ਸਰ ਹਾਂਜੀ
ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਸੀ ਤੁਸੀਂ ਲਾਗੂ ਕਰਨ ਦੇ ਸਾਰਾ ਜਾਂ ਰਫੜ ਨਾ ਪੈਂਦਾ? ਬਿਲਕੁਲ ਨਹੀਂ ਕੀਤੀਆਂ। ਤੁਸੀਂ ਕਿਉਂ ਨਹੀਂ ਕੀਤੀਆਂ ਸਰ? ਕੇਪੀ ਜੀ ਬਿਲਕੁਲ ਮੈਂ ਮੰਨਦਾ ਉੱਥੇ ਸਾਡੀ ਸਰਕਾਰ ਦੀ ਕਿਤੇ ਨਾ ਕਿਤੇ ਚੂਕ ਰਹੀ ਹੈ ਜੀ। ਸਰ ਇਹ ਚੂਕ ਨਹੀਂ ਰਹੀ ਸਰ, ਇਹ ਦੇਸ਼ ਦੀ ਕਿਸਾਨੀ ਨਾਲ ਧੋਖਾ ਕੀਤਾ ਸਾਰੀਆਂ ਸਿਆਸਤਦਾਨਾਂ ਨੇ ਰਲ ਕੇ, ਸਾਰਿਆਂ ਨੇ ਕੀਤਾ ਸਰ। ਬਿਲਕੁਲ ਮਾਫ ਕਰਨਾ ਮਾਂਗੜ ਸਾਹਿਬ, ਮੈਨੂੰ ਸ਼ਬਦ ਵਰਤਨੇ ਪੈ ਰਹੇ ਆ। ਨਹੀਂ ਕੇਪੀ ਜੀ, ਮੈਂ ਖੁਦ ਇੱਕ ਕਿਸਾਨ ਹਾਂ, ਮੈਂ ਆਪ ਮੰਨਦਾ ਜੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈਗੀ ਹੈ ਜਾਂ ਜਿਹੜੀ ਸਵਾਮੀਨਾਥਨ ਕਮੇਟੀ ਦੀ ਰਿਕਮੈਂਡੇਸ਼ਨ ਸੀਗੀ ਉਹਨੂੰ ਲਾਗੂ ਕਰਨਾ ਚਾਹੀਦਾ ਸੀ। ਸਰ ਜੇ ਤੁਸੀਂ ਕੀਤਾ ਹੁੰਦਾ ਨਾ ਅੱਜ ਇਹ ਨਾ ਕਹਿੰਦੇ ਦਾਅਵੇ ਨਾਲ ਅਸੀਂ ਡੇਢ ਗੁਣਾ ਕਰਤਾ ਜੀ, ਅਸੀਂ 2022 ਤੱਕ ਆਹ ਕਰ ਦਾਂਗੇ, ਹੁਣ ਆਰਡੀਨੈਂਸ ਜਿਹੜੀ ਕੁਛ ਹੋਰ ਕਰਤਾ, ਇਹ ਨਾ ਕਰਦੇ ਸਰ ਮਾਂਗੜ ਸਾਹਿਬ, ਜੇ ਤੁਸੀਂ ਕੁਛ ਕੀਤਾ ਹੁੰਦਾ ਤਾਂ ਉਹਨਾਂ ਲਈ। ਕੇਪੀ ਜੀ ਗੱਲ ਇਹ ਹੈ, ਤੁਸੀਂ ਵੇਖੋ FCI ਦਾ ਇਹਨਾਂ ਨੇ ਬਜਟ ਪ੍ਰੋਕਿਓਰਮੈਂਟ ਬਜਟ ਘਟਾਤਾ, ਫਿਰ ਹੁਣ ਕਿਸਾਨਾਂ ਨੂੰ ਦੋ ਫਸਲਾਂ ਤੇ ਤਾਂ ਐਟਲੀਸਟ MSP ਮਿਲਦਾ ਹੀ ਸੀਗਾ ਨਾ ਜੀ। ਪੰਜਾਬ ਮੈਂ ਇੱਕ ਜਨਰਲ ਗੱਲ ਕਰਦਾ ਸਰ, ਬਾਕੀਆਂ ਦੀ ਮਾਰਕੀਟਿੰਗ ਕਿਉਂ ਨਹੀਂ ਹੋ ਰਹੀ? ਬਾਕੀ ਫਸਲਾਂ ਦੀ ਮਾਰਕੀਟਿੰਗ ਕਿਉਂ ਨਹੀਂ ਹੋ ਰਹੀ? ਕੌਣ ਨਾਕਾਮ ਹੈ ਸਰ ਉਹ ਵੀ ਦੱਸੋ ਨਾ, ਸੂਬੇ ਜਿਹੜੇ ਮਹਿਕਮੇ ਉਹਨਾਂ ਬਾਰੇ ਵੀ ਦੱਸੋ, ਕਿਉਂ ਨਹੀਂ ਮਾਰਕੀਟਿੰਗ ਕਰਦੇ ਹੋ ਬਾਕੀ ਫਸਲਾਂ ਦੀ? ਸਾਡੇ ਕੋਲ ਹੋਰ ਕੋਈ ਫਰੂਟ ਨਹੀਂ ਹੈਗਾ, ਸਾਡੇ ਕੋਲ ਹੋਰ ਕੋਈ ਫਲ ਸਬਜ਼ੀ ਨਹੀਂ ਹੈਗੀ ਪੰਜਾਬ ਕੋਲ? ਪੰਜਾਬ ਦੇ ਕਿੰਨੂ ਦੀ ਮਾਰਕੀਟਿੰਗ ਕਿਉਂ ਨਹੀਂ ਕਰ ਹੋ ਰਹੀ ਹੈਗੀ ਜੀ? ਉਹਦੇ ਲਈ ਬਕਾਇਦਾ ਇੱਕ ਅਬੋਹਰ ਦੇ ਵਿੱਚ ਸੈਂਟਰ ਬਣਾਇਆ ਗਿਆ, ਇੱਕ ਹੁਸ਼ਿਆਰਪੁਰ ਦੇ ਵਿੱਚ ਸੈਂਟਰ ਬਣਾਇਆ ਗਿਆ, ਠੀਕ ਹੈ ਮਿਸਟਰ ਮਾਗਰ, ਪ੍ਰੋਸੈਸਿੰਗ ਪਲਾਂਟ ਲਾਏ ਗਏ ਆ, ਠੀਕ ਹੈ। ਇਹ ਉਹ ਗੱਲ ਨਹੀਂ ਹੈਗੀ ਕੇਪੀ ਜੀ, ਗੱਲ ਇਹ ਵੀ ਇਹਨਾਂ ਦੀ ਇੰਟੈਂਸ਼ਨ ਜਿਹੜੀ BJP ਸਰਕਾਰ ਦੀ ਇੰਟੈਂਸ਼ਨ ਹੈ, ਠੀਕ ਹੈ ਸਰ, ਕਿਸਾਨ ਮਾਰੂ ਇੰਟੈਂਸ਼ਨ, ਠੀਕ ਹੈ। ਚੰਦੀ ਬਰਾੜ ਸਰ, ਇੱਕ ਸਵਾਲ ਦਾ ਮੈਨੂੰ ਇਹ ਜਵਾਬ ਜ਼ਰੂਰ ਦਿਓ ਤੁਸੀਂ, ਬਾਕੀ ਫਸਲਾਂ ਦੀ ਮਾਰਕੀਟਿੰਗ ਕਿਉਂ ਨਹੀਂ ਕਰ ਪਾ ਰਹੇ ਅਸੀਂ? ਮੈਂ ਤਾਂ ਤੁਹਾਡੀ ਸਰਕਾਰ ਵੇਲੇ ਵੀ ਸਵਾਲ ਕਰਦਾ, 10 ਸਾਲਾਂ ਵਿੱਚ ਤੁਸੀਂ ਤੁਹਾਡੀ ਸਰਕਾਰ ਰਹੀ ਹੈ, ਬਾਕੀ ਫਸਲਾਂ ਦੀ ਪੁੱਛਦੇ ਹੀ ਨਹੀਂ ਗੇ, ਬਾਕੀ ਦੀ ਗੱਲ ਹੀ ਨਹੀਂ ਕਰਦੇ ਅਸੀਂ? ਬੀਜੀ ਮੈਂ ਇੱਕ ਬੇਨਤੀ ਕਰਦੇ ਹਾਂ, ਜਿਹੜੀਆਂ 23 ਫਸਲਾਂ ਦੇ ਵਿੱਚੋਂ ਕਣਕ ਝੋਨੇ ਤੋਂ ਇਲਾਵਾ ਕਿਸੇ ਫਸਲ ਨਹੀਂ ਝਾਕਿਆ ਨਹੀਂ ਜਾਂਦਾ, ਔਰ ਜੇ ਕਿਸਾਨ ਝਾਕਦਾ ਤਾਂ ਉਹਨੂੰ ਪੂਰਾ ਮੁੱਲ ਨਹੀਂ ਮਿਲਦਾ। ਇਸੇ ਕਰਕੇ ਹੀ ਕੇਂਦਰ ਸਰਕਾਰ ਨੇ ਜਿਹੜਾ ਗੈਪ ਸੀ, ਹੁਣ ਅੱਜ ਮੱਕੀ ਦੀ ਗੱਲ ਹੋ ਰਹੀ ਹੈ ਨਾ ਵਾਰ-ਵਾਰ, ਮੱਕੀ 1800 ਰੁਪਈਏ ਸਰਕਾਰ ਖਰੀਦਦੀ, ਅਤੇ ਜੇ ਉਹਨੂੰ 700 ਰੁਪਏ 'ਤੇ ਵੀ ਪ੍ਰਾਈਵੇਟ ਨੂੰ ਵੇਚਣੀ ਪੈਂਦੀ ਤਾਂ ਜਿਹੜਾ ਬਾਕੀ ਦਾ ਗੈਪ ਸੀ ਇਹ ਸਾਰਾ ਕੇਂਦਰ ਸਰਕਾਰ ਤੋਂ ਪੂਰਾ ਕੀਤਾ ਜਾ ਸਕਦਾ, ਔਰ ਹਰਿਆਣਾ ਸਰਕਾਰ ਕਰ ਰਹੀ ਹੈ। ਬਾਕੀ ਦੀਆਂ ਫਸਲਾਂ 'ਤੇ ਵੀ ਸਰਕਾਰ ਪਰਚੇਜ਼ ਕਰੇ, ਜੇ ਉਹਦਾ ਮਾਰਕੀਟ 'ਚ ਰੇਟ ਘੱਟ ਹੈ ਤਾਂ ਜਿਹੜਾ ਬਾਕੀ ਦਾ ਗੈਪ ਹੈ ਕੇਂਦਰ ਸਰਕਾਰ ਨੇ ਦੇਣਾ ਹੈ। ਕਿਉਂ ਸਰਕਾਰ ਸੁੱਤੀ ਪਈ ਹੈ? ਇੱਕ ਮਿੰਟ ਆਹ ਵੀ ਨਾਲ ਦੱਸੋ ਨਾ, ਜਿਹੜਾ ਇਹ ਆਰਡੀਨੈਂਸ ਨੋਟੀਫਾਈ ਹੋ ਰਿਹਾ, ਜੇ ਇਹ ਗੈਪ ਹੈ ਖੁੱਲ੍ਹੀ ਮੰਡੀ 'ਚ ਜਾ ਕੇ ਕਿਸਾਨਾਂ ਦਾ ਰਹਿੰਦਾ ਹੈ, MSP 'ਤੇ ਉਹਨਾਂ ਦੀ ਫਸਲ ਨਹੀਂ ਵੇਖਦੀ, ਫਿਰ ਗਵਰਨਮੈਂਟ ਕੀ ਕਰੂਗੀ ਮੈਨੂੰ ਦੱਸੋ? ਦੇਖੋ ਇਹ ਤਾਂ ਫਿਰ ਗਵਰਨਮੈਂਟ 'ਤੇ ਹੀ ਹੈ ਨਾ ਡਿਪੈਂਡ ਕਰਦਾ, ਜੇ ਹਰਿਆਣੇ ਵਾਲੇ ਕਰ ਸਕਦੇ ਤਾਂ ਪੰਜਾਬ ਵਾਲੇ ਕਿਉਂ ਨਹੀਂ ਕਰਦੇ? ਜਦੋਂ ਸੈਂਟਰ ਗਵਰਨਮੈਂਟ ਨੇ ਇੱਕ ਕਾਰਪਸ ਫੰਡ ਰੱਖ ਲਿਆ ਤਾਂ ਫਿਰ ਉਹਨੂੰ ਪੰਜਾਬ ਸਰਕਾਰ ਕਿਉਂ ਨਹੀਂ ਯੂਟੀਲਾਈਜੇਸ਼ਨ ਕਰਦੀ? ਇਕੱਲੇ ਸੁੱਤੇ ਹੀ ਪਏ ਹੋ, ਰੌਲਾ ਹੀ ਪਾਈ ਜਾਂਦੇ ਹੋ। ਮੈਂ ਇੱਕ ਗੱਲ ਦਾਅਵੇ ਨਾਲ ਦੁਬਾਰਾ ਫਿਰ ਕਹਿ ਦਿੰਦਾ, ਮਾਂਗੜ ਸਾਹਿਬ ਨੂੰ ਵੀ ਇਨਸ਼ੋਰ ਕਰਦਾ, ਡਾਕਟਰ ਗਿਆਨ ਸਿੰਘ ਜੀ ਨੂੰ ਵੀ ਕਰਦਾ, ਡਾਕਟਰ ਸਾਹਿਬ ਕਦੇ ਵੀ ਕਿਸਾਨ ਦੇ ਉੱਤੇ ਭੀੜ ਪਈ ਕਿ ਜੇ ਮੰਨ ਲਓ ਕਿਸਾਨ ਦੀ ਕਣਕ ਅਤੇ ਝੋਨਾ ਨਾ ਚੱਕਿਆ ਗਿਆ, ਤੁਸੀਂ ਹੋ ਸਕਦਾ ਹਲੇ ਘਰੇ ਬੈਠੇ ਹੀ ਬੋਲਦੇ ਹੋ ਅਤੇ ਅਸੀਂ ਸਭ ਤੋਂ ਪਹਿਲਾਂ ਸੜਕਾਂ 'ਤੇ ਤਾਂ ਜੋ ਵੀ ਬੰਦ ਕਰਨਾ ਪਿਆ ਬੰਦ ਕਰ ਦਿਆਂਗੇ। ਨਾ ਸਾਨੂੰ ਅਲਾਇੰਸ ਜ਼ਰੂਰੀ ਹੈ, ਨਾ ਸਾਨੂੰ ਮੰਤਰੀਸ਼ਿਪ ਜ਼ਰੂਰੀ ਹੈ, ਨਾ ਸਾਨੂੰ ਕੋਈ ਭਾਗੀਦਾਰੀ ਜ਼ਰੂਰੀ ਹੈ, ਸਾਡੇ ਲਈ ਕਿਸਾਨ ਦੇ ਹਿੱਤ ਸਭ ਤੋਂ ਪਹਿਲਾਂ ਹੈ। ਕੈਪਟਨ ਕਹਿੰਦੇ ਤੁਸੀਂ ਮਗਰਮੱਛ ਦੇ ਹੰਝੂ, ਉਹ ਤਾਂ ਹੁਣ ਕੈਪਟਨ ਸਾਹਿਬ ਤਾਂ ਖੁਦ ਮਗਰਮੱਛ ਦੇ ਹੰਝੂ ਵਸਾਈ ਜਾਂਦੇ ਆ, ਆਹ ਤਾਂ 3 ਸਾਲ ਪਹਿਲਾਂ ਕਿਉਂ ਪਾਸ ਕੀਤਾ? ਇਹਦਾ ਤਾਂ ਦੱਸਦੇ ਨਾ ਕੋਈ, ਇਹ ਦੱਸਦੇ ਹੀ ਨਹੀਂ ਗੇ ਅਤੇ 3 ਸਾਲਾਂ 'ਚ ਕਿਸਾਨ ਇਸ ਗੱਲ ਨਾਲ ਲੁੱਟਿਆ ਕੀ ਗਿਆ? ਇਸ ਕਰਕੇ ਜਾਣ ਬੁੱਝ ਕੇ ਭੰਬਲ ਭੂਸਾ ਪਾਇਆ ਜਾ ਰਿਹਾ। ਮੇਰੀ ਇਹ ਬੇਨਤੀ ਆ ਕਿ ਕੇਂਦਰ ਸਰਕਾਰ ਨੇ ਜੇ ਕਣਕ ਝੋਨਾ ਨਾ ਚੱਕਿਆ, ਕਿਸਾਨਾਂ ਤੋਂ ਵੀ ਮੂਹਰੇ ਅਸੀਂ ਲੜਾਈ ਲੜਾਂਗੇ। ਕਿਸਾਨਾਂ ਨੂੰ ਕਾਨੂੰਨੀ ਅਧਿਕਾਰ ਹੋਣੇ ਚਾਹੀਦੇ MSP ਦੇ ਤਹਿਤ। ਦੇਖੋ ਜੇ 55 ਸਾਲ ਰਾਜ ਭਾਗ ਕਰਨ ਵਾਲੀ ਪਾਰਟੀ ਨਹੀਂ ਦੇ ਕੇ ਗਈ ਤੇ ਕੱਲੇ ਅੱਜ ਵਾਲਿਆਂ ਦੇ ਅਸੀਂ ਕਿੱਥੇ ਗੋਡੇ ਤੇ ਗੋਡਾ ਧਰਨਗੇ? ਡਿਮਾਂਡ ਕਰਦੇ ਆ, ਹਾਂ ਕਰਦੇ, ਅਸੀਂ ਤਾਂ ਕਰਦੇ ਆ, ਪਰ ਡਿਮਾਂਡ ਕਰਦੇ ਆ ਜੇ ਅੱਜ ਕਾਨੂੰਨ ਬਣਨਾ ਤਾਂ ਸਾਰੇ ਦੇਸ਼ ਲਈ ਬਣ ਤੁਰਪੂ। ਇਸ ਕਰਕੇ ਅੱਜ ਹਰਿਆਣੇ ਤੇ ਪੰਜਾਬ ਦਾ ਝੋਨਾ ਕਣਕ ਚੱਕੀਦਾ, ਉਹ ਸਾਡੇ ਨਾਲ ਵਾਅਦੇ ਤੇ ਹੈਗੇ ਕਿ ਚੱਕਾਂਗੇ ਤੇ ਚੱਕੀਦਾ ਰਹਿਣਾ ਚਾਹੀਦਾ। ਇਸ ਕਰਕੇ ਇਹ ਅੱਜ ਸਵਾਮੀਨਾਥਨ ਕਮੇਟੀ ਦੀ ਜਿਵੇਂ ਡਾਕਟਰ ਗਿਆਨ ਸਿੰਘ ਜੀ ਨੇ ਕਹੀ ਹੈ, ਜੇ ਲਾਗੂ ਕਰ ਜਾਂਦੇ, ਇਹਨਾਂ ਨੇ ਤਾਂ ਕੋਈ ਫਾਰਮੂਲਾ ਹੀ ਨਹੀਂ ਬਣਾਇਆ। BJP ਨੇ ਭਾਵੇਂ A2 ਫਾਰਮੂਲੇ ਦੇ ਤਹਿਤ ਜਾਂ A1 ਦੇ ਤਹਿਤ, ਜਿਹੜਾ ਡਾਕਟਰ ਗਿਆਨ ਸਿੰਘ ਜੀ ਦੱਸ ਸਕਦੇ ਆ ਕਿ ਕਿਹੜੇ ਦੇ ਤਹਿਤ ਜ਼ਮੀਨ ਦਾ ਕਿਰਾਇਆ ਮਿਲਣਾ ਸੀ, ਪਰਿਵਾਰ ਦੀ ਲੇਬਰ ਮਿਲਣੀ ਸੀ, ਉਹ ਨਹੀਂ ਗਿਣੀ, ਪਰ ਇਹਨਾਂ ਨੇ ਕੋਈ ਫਾਰਮੂਲਾ ਤਾਂ ਬਣਾਇਆ ਨਾ ਵੀ ਕਿਵੇਂ ਰੇਟ ਤੈਅ ਹੋਣੇ। ਪਹਿਲਾਂ ਤਾਂ ਇਕੱਲਾ ਉਹ ਹੀ ਸੀ। ਫਟਾਫਟ ਪਲੀਜ਼ ਮਿਸਟਰ ਮਾਂਗੜ, ਟਾਈਮ ਘੱਟ ਆਪਣੇ ਕੋਲ। ਕੇਪੀ ਜੀ, ਬਰਾੜ ਸਾਹਿਬ ਨੂੰ ਪੁੱਛੋ, ਜਿਹੜੀ ਫਾਰਮਰਸ ਦੇ ਲਈ ਡੀਜ਼ਲ ਤੇ ਸਬਸਿਡੀ ਮਿਲਦੀ ਸੀਗੀ, ਇਹਨਾਂ ਦੀ ਭਾਈਵਾਲ ਸਰਕਾਰ ਨੇ ਉਹ ਹਟਾਈ ਹੈ ਕਿ ਨਹੀਂ ਹਟਾਈ? ਕਾਹਦੇ ਤੇ?
ਡੀਜ਼ਲ ਤੇ ਸਬਸਿਡੀ ਨਹੀਂ ਮਿਲਦੀ ਸੀ ਤੇ ਤੁਸੀਂ ਅੱਜ ਚੰਡੀਗੜ੍ਹ ਨਾਲੋਂ ਵੀ ਰੇਟ ਵੱਧਾ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣ ਵੇਲੇ ਕਿਹਾ ਸੀ ਮੈਂ ਚੰਡੀਗੜ੍ਹ ਦੇ ਬਰਾਬਰ ਕਰੂੰ ਰੇਟ ਤੁਸੀਂ ਤਾਂ ਦਾੜੀ ਨਾਲੋਂ ਮੁੱਛਾਂ ਵਧਾ ਦਿੱਤੀਆਂ ਸਾਰੇ ਦੇਸ਼ 'ਚੋਂ ਵੱਧ ਹੋਇਆ ਪਿਆ ਡੀਜ਼ਲ ਦਾ ਰੇਟ ਮਾਗਰ ਸਾਹਿਬ ਸਟੇਟ ਤੇ ਸੈਂਟਰ ਦੀਆਂ ਪਾਲਿਸੀਆਂ ਸਾਰਿਆਂ ਨੂੰ ਪਤਾ ਸਰ ਦੋਨੋਂ ਸਰਕਾਰਾਂ ਨੇ ਮਾਰਿਆ ਦੋਨੋਂ ਡੀਜ਼ਲ ਪੈਟਰੋਲ ਤੇ ਦੋਨੋਂ ਸਰਕਾਰਾਂ ਨੇ ਮਾਰਿਆ ਅਸੀਂ ਤਾਂ ਦੋਨਾਂ ਨੂੰ ਕਿਹਾ 10-10 ਰੁਪਏ ਘੱਟ ਦੋਨਾਂ ਦਾ ਪਤਾ ਜੀ ਇਸ ਮਾਮਲੇ 'ਚ ਕੀ ਕਰਦੇ ਪਏ ਡਾਕਟਰ ਗਿਆਨ ਸਰ ਲਾਸਟ ਕਮੈਂਟ ਸਰ ਤੁਹਾਡੇ ਚਾਹੀਦੇ ਆ 23 ਫਸਲਾਂ ਦੇ ਵਿੱਚੋਂ ਬਾਕੀ ਫਸਲਾਂ ਦੀ ਮਾਰਕੀਟਿੰਗ ਨਾ ਕਰਨ ਦੇ ਲਈ ਸਰ ਕੌਣ ਜ਼ਿੰਮੇਵਾਰ ਹੈ ਬਾਕੀ ਫਸਲਾਂ ਦੀ ਸੁਣਵਾਈ ਨਾ ਹੋਣ ਦੇ ਲਈ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਚਾਹੁੰਦਾ ਮਾਰਕੀਟਿੰਗ ਹੋਵੇ ਤੇ ਕੇਂਦਰ ਸਰਕਾਰ ਦੀ ਆਰਡੀਨੈਂਸ ਇਹ ਕਹਿ ਰਿਹਾ ਕਿ ਅਸੀਂ ਮਾਰਕੀਟਿੰਗ ਨੂੰ ਪ੍ਰਫੁੱਲਿਤ ਕਰਨ ਦੇ ਲਈ ਇਹ ਸਭ ਕੁਝ ਕਰ ਰਹੇ ਹਾਂ ਡਾਕਟਰ ਗਿਆਨ ਸਿੰਘ ਐਗਰੀਕਲਚਰ ਪ੍ਰਾਈਸ ਪਾਲਿਸੀ ਸੈਂਟਰਲ ਗਵਰਨਮੈਂਟ ਬਣਾਉਂਦੀ ਹੈ ਇਹ ਸੈਂਟਰਲ ਪੂਲ ਆਫ ਫੂਡ ਗ੍ਰੇਨਸ ਸੈਂਟਰਲ ਗਵਰਨਮੈਂਟ ਦਾ ਹੈਗਾ ਤੇ ਸੂਬਾ ਸਰਕਾਰਾਂ ਉਹਦੀ ਮਦਦ ਲਈ ਨੇ ਜਿਹੜਾ ਹੈਗਾ ਕਿ ਮੱਕੀ ਦੇ ਵਿੱਚ ਜਿਹੜਾ ਘਾਟਾ ਪੈਂਦਾ ਉਹ ਕੇਂਦਰ ਸਰਕਾਰ ਦਊਗੀ ਹੁਣ ਬਿਜਲੀ ਦਾ ਬਿੱਲ ਆ ਰਿਹਾ ਬਿਜਲੀ ਦਾ ਬਿੱਲ ਪਹਿਲਾਂ ਇਹ ਕਿਸਾਨ ਭਰਿਆ ਕਰਨਗੇ ਫਿਰ ਸਬਸਿਡੀ ਮਿਲਿਆ ਕਰੂਗੀ ਇਹ ਗੱਲਾਂ ਫਜ਼ੂਲ ਦੀਆਂ ਨੇ ਇਹਨਾਂ ਗੱਲਾਂ ਨਾਲ ਕੁਝ ਵੀ ਨਹੀਂ ਸਿਮਰਨਾ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਆਰਥਿਕ ਵਿਕਾਸ ਮਹੱਤਵਪੂਰਨ ਹੁੰਦਾ ਹੈ ਪਰ ਆਰਥਿਕ ਵਿਕਾਸ ਦਾ ਆਮ ਲੋਕਾਂ ਤੱਕ ਜਾਣਾ ਉਦੋਂ ਵੱਧ ਮਹੱਤਵਪੂਰਨ ਹੁੰਦਾ ਹੈ ਮਨੁੱਖਤਾ ਦੇ ਜੀਵਨ ਰੇਖਾ ਨੂੰ ਚੱਲਦੇ ਰੱਖਣ ਲਈ ਸਾਨੂੰ ਖੇਤੀਬਾੜੀ ਖੇਤਰ ਨੂੰ ਸੌਖਾ ਕਰਨਾ ਪਊਗਾ ਤੁਸੀਂ ਇਹਨਾਂ ਆਡੀਅੰਸਾਂ ਨੂੰ ਨਕਾਰ ਦਿਓ ਡਾਕਟਰ ਗਿਆਨ ਸਿੰਘ ਜਾਂ ਦੇ ਵਿੱਚ ਕੋਈ ਸੋਧਾਂ ਹੋ ਜਾਣ ਤੇ ਉਸ ਤੋਂ ਬਾਅਦ ਨੂੰ ਸਵੀਕਾਰ ਦਿਓ ਜਿਹੜੀ ਮੇਰੀ ਸਮਝ ਹੈ ਉਹਦੇ ਮੁਤਾਬਕ ਆਰਡੀਨੈਂਸ ਇੱਕਦਮ ਵਾਪਸ ਲੈਣੇ ਚਾਹੀਦੇ ਨੇ ਸਗੋਂ ਖੇਤੀਬਾੜੀ ਖੇਤਰ ਪੱਖੀ ਨੀਤੀਆਂ ਬਣਾਉਣੀ ਚਾਹੀਦੀਆਂ ਨੇ ਜਿਹਦੇ ਨਾਲ ਸਾਡਾ ਦੇਸ਼ ਵੀ ਜਿਉਂਦਾ ਰਹੇ ਖੇਤੀਬਾੜੀ ਕੰਮੇ ਵੀ ਜਿਉਂਦੇ ਰਹਿਣ ਸਰ ਕਿੰਤੋਂ ਸਲਾਹ ਲੈਣ ਕੇਂਦਰ ਸਰਕਾਰ ਕਿੰਤੋਂ ਸਲਾਹ ਲਵੇ ਇਹ ਨੀਤੀਆਂ ਬਣਾਉਣ ਦੇ ਲਈ ਕਾਰਪੋਰੇਟ ਘਰਾਣੇ ਇੱਕ ਪਾਸੇ ਸਰ ਇੱਕ ਪਾਸੇ ਖੇਤੀਬਾੜੀ ਮਾਰ ਬੈਠੇ ਆ ਇੱਕ ਪਾਸੇ ਕਿਸਾਨ ਬੈਠੇ ਆ ਇੱਕ ਪਾਸੇ ਸਰ ਵੋਟ ਬੈਂਕ ਬੈਠੇ ਆ ਇਹ ਦੇਖੋ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਦਾ ਤਾਂ ਮੋਹ ਤਾਂ ਛੱਡਣਾ ਪਊਗਾ ਉਹਦੇ ਨਾਲ 1% ਦੇ 99% ਦਾ ਗੈਪ ਵਧੂਗਾ ਜੇ ਸਲਾਹ ਲੈਣੀ ਹੈਗੀ ਤਾਂ ਜਿਹੜੀਆਂ ਸਟੇਕ ਹੋਲਡਰਸ ਨੇ ਉਹਦੇ ਜਥੇਬੰਦੀਆਂ ਨੇ ਉਹਨਾਂ ਨਾਲ ਗੱਲ ਕਰ ਲਓ ਆਪਣੇ ਆਪ ਨਿਖਰ ਕੇ ਤੁਹਾਡੇ ਸਾਹਮਣੇ ਆਜੂ ਗੱਲ ਤੇ ਪਤਾ ਲੱਗ ਜੂ ਅਸੀਂ ਕਿੱਥੇ ਹੈਗੇ ਚਲੋ ਬਹੁਤ ਧੰਨਵਾਦ ਡਾਕਟਰ ਗਿਆਨ ਸਿੰਘ ਤੁਹਾਡਾ ਚੰਦ ਸਿੰਘ ਬਰਾੜ ਤੁਹਾਡਾ ਵੀ ਬਹੁਤ ਧੰਨਵਾਦ ਗੁਰਮਨੀਤ ਮਾਂਗੜ ਤੁਹਾਡਾ ਵੀ ਬਹੁਤ ਧੰਨਵਾਦ ਕੇਂਦਰ ਸਰਕਾਰ ਦੀ ਆਰਡੀਨੈਂਸ ਤੋਂ ਬਾਅਦ ਤਿੰਨ ਆਰਡੀਨੈਂਸ ਤੋਂ ਬਾਅਦ ਦੋਵਾਂ 'ਤੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਅਤੇ ਉਹ ਤੁਸੀਂ ਗ੍ਰਾਫਿਕਲੀ ਸਾਰੀ ਇਨਫੋਰਮੇਸ਼ਨ ਦੇਖ ਵੀ ਰਹੇ ਹੋ ਕੀ ਨੁਕਸਾਨ ਹੋਊਗਾ ਕਿਸਾਨਾਂ ਨੂੰ ਕਿਸ ਨੂੰ ਫਾਇਦਾ ਹੋਵੇਗਾ ਅਸੀਂ ਸਭ ਕੁਝ ਇਸ ਡਿਬੇਟ ਦੇ ਵਿੱਚ ਤੁਹਾਨੂੰ ਕਲੀਅਰ ਕਰਤਾ ਹੈਗਾ ਸਵਾਲ ਇਹ ਹੈਗਾ ਆਰਡੀਨੈਂਸ ਲਿਆਉਣ ਦੀ ਜ਼ਰੂਰਤ ਕਿਉਂ ਪੈਂਦੀ ਹੈਗੀ ਹੈ ਹਾਲਾਤ ਇਹੋ ਜਿਹੇ ਆ ਕਿ ਆਰਡੀਨੈਂਸ ਲਿਆਉਣੇ ਪੈ ਜਾਣ ਸਵਾਲ ਇਹ ਵੀ ਹੈਗਾ ਕਿਸਾਨਾਂ ਦੇ ਜਿਹੜੇ ਹਾਲ ਹੈਗੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਐਡਰੈਸ ਕੀਤਾ ਜਾਊਗਾ ਸਾਰੀਆਂ ਪਾਰਟੀਆਂ ਆਪਦੇ ਤਰੀਕੇ ਨਾਲ ਚੱਲਦੀਆਂ ਪਈਆਂ ਪਰ ਸਵਾਲ ਕਿਸਾਨ ਦਾ ਹੈਗਾ ਉਹਨਾਂ ਨੂੰ ਲੀਹ 'ਤੇ ਕੌਣ ਲੈ ਕੇ ਆਊਗਾ ਉਹਨਾਂ ਲਈ ਸੰਜੀਦਾ ਕੋਈ ਹੈ ਸਵਾਲ ਇਹ ਹੈਗਾ ਜਾਂ ਕਾਰਪੋਰੇਟ ਘਰਾਣੇ ਦੇ ਲਈ ਨੀਤੀਆਂ ਬਣਾ ਕੇ ਕਿਸਾਨ ਨੂੰ ਠੱਗਿਆ ਜਾਵੇਗਾ ਜੇ ਕਿਸਾਨ ਨਾਲ ਧੋਖਾ ਹੋਵੇਗਾ ਇਹ ਮੰਚ ਵਾਰ ਵਾਰ ਅੰਨਦਾਤਾ ਦੀ ਆਵਾਜ਼ ਚੁੱਕੇਗਾ ਬਹੁਤ ਧੰਨਵਾਦ